ਅਵੀ ਜੱਗੀ ਕੋ ਆਦ ਵਾਲਾ ਤੇ ਦੋਹਾ ਕਬਰ ਵਾਲਾ ਪੂਰਾ ਉਹਨਾਂ ਦੇ ਤਕਸੀਰ ਮਾਨ ਨੂੰ ਬੈਣ ਤਾਂ ਫਕਰਾਂ ਦੇ ਚੇਲੇ ਬਣੇ ਬੈਠੇ ਮੈਚ ਸ਼ੁਰੂ ਹੋਣ ਜਾ ਰਿਹਾ ਜੀ ਗਿੱਦੜ ਵਿੰਡੀ ਦੀ ਟੀਮ ਹਲਕਿਆਂ ਵਾਲੀ ਪਹਿਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਵੀ ਖੁੱਲ ਜਾ ਰਹੀ ਹੈ ਕਿੰਦਰੇ ਬੂਆ ਮੇਰੀ ਕਿਸਮਤ ਦਾ ਕਰ ਦਿਓ ਗਰੀਬੀ ਦੂਰ ਤੇ ਐਸਾ ਬੜਾ ਖਿਡਾਰੀ ਹੈ ਪਹਿਲੇ ਮੇਰੇ ਦੁਨੀਆ ਦੇ ਸੁਪਰਸਟਾਰਾਂ ਵਿੱਚ ਵੀ ਨਾ ਆ ਜੇ ਖਾਸ ਜੰਡ ਵਾਲਾ ਤੇ ਭਾਗਪੁਰ ਗਗੜਾ ਚ ਕਿਹੜੀ ਟੀਮ ਜੇਤੂ ਆ ਭਾਗਪੁਰ ਗਗੜਾ ਜੀ ਨੋਟ ਕਰਾਇਆ ਸੀ ਵੀਰ ਜੀ ਮੈਂ ਭਾਗਪੁਰ ਗਗੜਾ ਜੀ ਇੱਥੇ ਆ ਗਏ ਭਾਗਪੁਰ ਗਗੜਾ ਪਹਿਲੀ ਕਬੱਡੀ ਲੋਕੋ ਵਾਲੇ ਸਿੱਖੇ ਨੇ ਪਾਈ ਤੇ ਅਗਲੀ ਕਬੱਡੀ ਆਪਾਂ ਤੱਕ ਰਹੇ ਹਾਂ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਨੌਜਵਾਨ ਗਵਰੂ ਅਰਮਾਣਾ ਅਜੀਤ ਸਿੰਘ ਵਾਲੇ ਦੀ ਧਰਤੀ ਦਾ ਗਵਰੂ ਕਬੱਡੀ ਪੌਂਦ ਦੀ ਵਧਿਆ ਹੋਇਆ ਇੱਕ ਕੰਨੀ ਕਹਿੰਦੇ ਸਿੱਖ ਸਰਦਾਰ ਗਵਰੂ ਹੈਰੀ ਨੰਗਲੂਰੀ ਮਾਨ ਕਰਦੇ ਮੇਰੇ ਵੀਰੋ ਨੌਜਵਾਨ ਹੰਤਾ ਤੇ ਦੂਜੇ ਪਾਸੇ ਆਪਾਂ ਦੇਖ ਰਹੇ ਹਾਂ ਇਸ ਵੇਲੇ ਨੌਜਵਾਨ ਗਵਰੂ ਲਵੀ ਦੇ ਨਾਲ ਮੇਰੇ ਵੀਰੋ ਨੇ ਪਰ ਇਹ ਨੌਜਵਾਨ ਗਵਰੂ ਦੇ ਨਾਲ ਮੁਕਾਬਲਾ ਤੇ ਪੁਆਇੰਟ ਭਾਵੀ ਦੇ ਉਸੇ ਜੁੜਦਾ ਹੋਇਆ ਲਵੀ ਕਬੱਡੀ ਪਾਉਣ ਦੇ ਲਈ ਗਿੱਦੜ ਵਿੰਡੀ ਦਾ ਬਿਲਕੁਲ ਰੈਡੀ ਹੈ ਬਿਲਕੁਲ ਬਾਰਮ ਅਪ ਬਿਲਕੁਲ ਤਿਆਰ ਹੈ ਇਸ ਵੇਲੇ ਨੌਜਵਾਨ ਨੇ ਉਹਨੇ ਹੱਥ ਜੋੜ ਕੇ ਧਿਆਮਾ ਰੱਬ ਨੂੰ ਤੇ ਬਾਜ ਵਾਲੀ ਅੱਖ ਨਾਲ ਵੇਖਾ ਸਭ ਨੂੰ ਧਨੌਲਾ ਮੰਡੀ ਦੀ ਟੀਮ ਕਿਉਂ ਨਹੀਂ ਆਈ ਜੀ ਕੌਂਕੀ ਆ ਗਈ ਧਨੌਲਾ ਮੰਡੀ ਦੀ ਟੀਮ ਕਿਉਂ ਨਹੀਂ ਆਈ ਖੇਡ ਮੈਦਾਨ ਦੇ ਵਿੱਚ ਪਹੁੰਚੇ ਧਨੌਲੇ ਮੰਡੀ ਦੀ ਟੀਮ ਨੂੰ ਸਾਡੀ ਬੇਨਤੀ ਹੈ ਉਹ ਟੀਮ ਜਲਦੀ ਦੇ ਨਾਲ ਖੇਡ ਮੈਦਾਨ ਦੇ ਲਾਵੇ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਅਰਮਾਣਾ ਅਜੀਤ ਸਿੰਘ ਵਾਲੇ ਦੀ ਧਰਤੀ ਦੇ ਨੌਜਵਾਨ ਗੋਰਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਯਾਦ ਕੀਤਾ ਮਿੱਟੀ ਨੂੰ ਦੇਖੋ ਸਲਾਮ ਕੀਤੀ ਮਿੱਟੀ ਦੇ ਲਈ ਤਕਸੀਰ ਮਾਨ ਵਧਾਉਣ ਵਾਲੇ ਦੀਆਂ ਲਿਖੀਆਂ ਹੋਈਆਂ ਲਾਈਨਾਂ ਜਿਹੜੀਆਂ ਜ਼ਰੂਰ ਸਾਂਝੀਆਂ ਕੀਤੀਆਂ ਜਾਣੀਆਂ ਆਓ ਦੇਖੋ ਵਾਹ ਇਹ ਆ ਕਬੱਡੀ ਦਾ ਸਟਾਰ ਇਹ ਆ ਕਬੱਡੀ ਦਾ ਸੁਨਿਆ ਯਾਸੀ ਨਹੀਂ ਰਿਸਾ ਗੱਲ ਬਣੀ ਪਈ ਆ ਤਾੜੀਆਂ ਮਾਰੋ ਜਕਾਰਾ ਲਾਵਾਂਗੇ ਜ਼ਰੂਰ ਜੇ ਗੱਲ ਪੱਕੀ ਹੋ ਗਈ ਸਦਕੇ ਜਾਈਏ ਬੱਲੇ 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 ਪੁਆਇੰਟ ਦਾ ਲੈ ਗਿਆ ਰੇਡਰ ਜੇ ਸਵਾਲ ਆਇਆ ਤਾੜੀ ਮਾਰੋ ਮੇਰੇ ਵੀਰੋ ਇਸ ਪੁਆਇੰਟ ਦਾ ਕਰਕੇ ਜਿਹੜਾ ਨਜ਼ਾਰਾ ਆਇਆ ਨਾ ਦਰਸ਼ਕਾਂ ਨੂੰ ਸਵਾਲ ਆਇਆ ਇਸ ਮੈਚ ਦਾ ਉਹ ਗੱਲ ਵੱਖਰੀ ਹੈ ਆਓ ਆਪਾਂ ਦੇਖੀਏ ਇਸ ਵੇਲੇ ਸੁੱਖਾ ਲੋਕੋ ਵਾਲਾ ਇੱਕ ਕਾਲਮਾ ਦਾ ਬੜਾ ਮਸ਼ਹੂਰ ਹੈ ਇਹ ਦੇਖੋ ਪੁਆਇੰਟ ਸੁੱਖਾ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਅਗਲੀ ਕਬੱਡੀ ਖੇਡ ਮੈਦਾਨ ਵਿੱਚ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਵੀਰੋ ਇਸ ਵੇਲੇ ਨੌਜਵਾਨ ਅਰਮਾਣਾ ਅਜੀਤ ਸਿੰਘ ਵਾਲੇ ਦੀ ਧਰਤੀ ਦਾ ਖਿਡਾਰੀ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਉਧਰ ਸਾਰੀ ਕਬੱਡੀ ਦੇ ਮਹਾਨ ਪ੍ਰਮੋਟਰਾਂ ਦਾ ਧੰਨਵਾਦ ਹੈ ਕਿ ਕਬੱਡੀ ਦੇ ਪ੍ਰਮੋਟਰਾਂ ਚ ਅੱਜ ਕੱਲ੍ਹ ਚਰਚਾ ਜੈਲਾ ਧੂਰਕੋਟ ਹੈਰੀ ਨੰਗਲ ਢਾਲੀਵਾਲ ਦਾ ਆਗੂਆਂ ਦਾ ਕਮਿਸ਼ਨਰ ਤੇ ਮੈਂਟੂ ਸਰਪੰਚ ਵਾਹ ਇੱਕ ਜੋਰ ਦੀਆਂ ਤਾੜੀਆਂ ਮਾਰੇ ਦੇ ਨਜ਼ਾਰਾ ਆ ਰਿਹਾ ਇਸ ਮੈਚ ਦਾ ਮੇਰੇ ਵੀਰੋ ਇਹ ਪੁਆਇੰਟ ਨੌਜਵਾਨ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ ਲਵੀ ਅਗਲੀ ਕਬੱਡੀ ਪਾਉਣ ਦੇ ਲਈ ਬਿਲਕੁਲ ਤਿਆਰ ਹੋ ਤਿਆਰ ਹੈ ਕਿ ਕਬੱਡੀ ਦੇ ਪ੍ਰਮੋਟਰਾਂ ਤੇ ਅੱਜ ਕੱਲ੍ਹ ਚਰਚਾ ਜੈਲਾ ਧੂਰਕੋਟ ਹੈਰੀ ਨੰਗਲ ਢਾਲੀਵਾਲ ਦਾ ਔਗਰਾ ਦਾ ਕਮਿਸ਼ਨਰ ਤੇ ਮੈਂਟੂ ਸਰਪੰਚ ਕੋਟਲੇ ਦਾ ਪਿੰਡਾ ਗੁਰਵਿੰਦਰ ਟੋਨਾ ਬਾਰੇ ਵਾਲ ਦਾ ਮੇਜਰ ਝਲੂਰ ਤੇ ਜਲੰਧਰ ਸਿੰਘ ਸਿੱਧੂ ਕਰਨ ਘਮਾਨ ਤੇ ਗੁਰਮੀਤ ਮੰਡਵਾਲ ਦਾ ਕਰਮਪਾਲ ਲੰਡੇ ਰਾਜ ਪਤਨੀ ਤੇ ਜੋਗਾ ਗੰਗ ਜੀਵਨ ਟਵਾਣਾ ਮਾਨੂਜਾ ਦੇ ਕਾਬਲ ਤੇ ਗਰਲਾਲ ਦਾ ਪ੍ਰਮੋਟਰਾਂ ਦੇ ਵਿੱਚ ਨਾਮ ਬੋਲ ਦਾ ਭੜਾਉਣ ਵਾਲਾ ਰਾਮਪੁਰ ਦੇ ਰਿੱਕੀ ਤੇ ਸੁੱਖੇ ਢਾਲੀਵਾਲ ਦਾ ਸਾਰੇ ਕਬੱਡੀ ਦੇ ਪ੍ਰਮੋਟਰਾਂ ਦਾ ਬਹੁਤ ਬਹੁਤ ਧੰਨਵਾਦ ਖੇਡ ਮੈਦਾਨ ਦੇ ਵਿੱਚ ਆਪਾਂ ਦੇਖੀਏ ਇਸ ਵੇਲੇ ਨੌਜਵਾਨ ਮੇਰੇ ਵੀਰ ਅਰਮਾਣਾ ਅਜੀਤ ਸਿੰਘ ਵਾਲੀ ਦੀ ਧਰਤੀ ਦਾ ਖਿਡਾਰੀ ਇਸ ਵੇਲੇ ਬਾਜ ਵਾਂਗੂ ਕਿਹਾ ਜਾਂਦਾ ਤੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਤਾਂ ਵੀ ਨੌਜਵਾਨ ਸੁੱਖਿਆ ਅਗਲੀ ਕਬੱਡੀ ਦਿਖਾ ਕੋਈ ਜਲਕਾ ਕਿ ਖਾ ਕੇ ਮੱਖਣੀਆਂ ਤੇ ਚੁੰਮ ਕੇ ਮੱਝਾਂ ਬੁਰੀਆਂ ਛੀਣੀਆਂ ਮਾਵਾਂ ਦੇ ਪੁੱਤ ਆ ਗਏ ਨੇ ਦਲੇਰ ਦੇਖੋ ਕੋਈ ਖਣਵਾਈ ਫਿਰੇ ਮੋਢੇ ਉੱਤੇ ਖੰਡਾ ਕੋਈ ਖਣਵਾਈ ਫਿਰੇ ਦੌਲੇ ਉੱਤੇ ਸ਼ੇਰ ਵੇਖੋ ਦੋਨੇ ਟੀਮਾਂ ਵਿੱਚ ਟੌਪ ਦੇ ਖਿਡਾਰੀ ਨੇ ਕਿਹਦੇ ਉੱਤੇ ਹੋਈ ਪਰਮਾਤਮਾ ਦੀ ਮਿਹਰ ਦੇਖੋ ਵਧੀਆ ਖਿਡਾਰੀ ਦਾ ਖਿਤਾਬ ਕਿਹਦੇ ਹਿੱਸੇ ਆਉਣਾ ਮੋਟਰਸਾਈਕਲ ਦਾ ਭੜਾਉਣ ਵਾਲਾ ਪਾਊ ਕਿਹੜਾ ਗੇਅਰ ਵੇਖੋ ਮੋਟਰਸਾਈਕਲ ਦਾ ਘਦਾਉਣ ਵਾਲਾ ਪਾਊ ਕਿਹੜਾ ਗੇਅਰ ਵੇਖੋ ਕਾਲਾ ਕਾਲਾ ਸੀਕੇ ਸਾਡਾ ਵੀਰ ਹੈਪੀ ਹੋਰਾਂ ਦੇ ਨਾਲ ਸੰਪਰਕ ਕਰੇ ਕਬੱਡੀ 365.com ਵਾਲਿਆਂ ਦੇ ਨਾਲ ਸੰਪਰਕ ਕਰੇ ਕਾਲਾ ਸਾਡਾ ਵੀਰ ਅਗਲੀ ਕਬੱਡੀ ਨਵੀਂ ਖੇਡ ਮੈਦਾਨ ਦੇ ਵਿੱਚ ਪਾਉਣ ਦੀ ਬਿਲਕੁਲ ਤਿਆਰ ਵਾ ਤਿਆਰ ਹੈ ਬਾਬਾ ਰੋਡੂ ਸ਼ਾਹ ਕਲੱਬ ਕੌਂਕੇ ਵਰਸੀ ਧਨੌਲਾ ਮੰਡੀ ਬਾਬਾ ਰੋਡੂ ਸ਼ਾਹ ਕਲੱਬ ਕੌਂਕੇ ਵਰਸੀ ਧਨੌਲਾ ਮੰਡੀ ਖੇਡ ਮੈਦਾਨ ਦੇ ਵਿੱਚ ਨਵੀਂ ਨੌਜਵਾਨ ਗਿੱਦੜ ਵਿੰਡੀ ਵਾਲਾ ਕਬੱਡੀ ਪਾ ਕੇ ਆਓ ਦੇਖੋ ਟੱਕਰ ਟੱਕਰ ਤਗੜੀ ਤੇ ਪੁਆਇੰਟ ਨਵੀਂ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਗੋਰਾ ਗੋਰਾ ਉਧਰ ਹੱਸਦਾ ਕਿਹੜਾ ਨੌਜਵਾਨ ਇੱਕੋ ਜਿਹੀਆਂ ਪੱਟੀਆਂ
ਇੱਕੋ ਜਿਹੇ ਸਰੀਰ ਇੱਕੋ ਹੀ ਪੁਆਇੰਟ ਕਿਸ ਨੌਜਵਾਨ ਦੇ ਖੇਸੀ ਜੁੜਨਾ ਹੈ ਤੇ ਸਮਾਂ ਬਲਵਾਨ ਮਣੀ ਧੂੜ ਵਾਲਾ ਸਾਡਾ ਬਾਈ ਦੇ ਨਾਲ ਫੌਜੀ ਭੈਣੀ ਵਾਲਾ ਫੈਸਲਾ ਕਰੇਗਾ ਵਾਹ ਨਹੀਂ ਵੀ ਸਭ ਤੋਂ ਪੁਆਇੰਟ ਇਸ ਨੌਜਵਾਨ ਨੇ ਆਪਣੀ ਟੀਮ ਦੇ ਖੇਸੀ ਜੁੜਿਆ ਮੈਂ ਸਮਾਪਤ ਅਮਨਦੀਪ ਦਵੜੀ ਖਾਨਾ ਖੇਡ ਮੈਦਾਨ ਵਿੱਚ ਪਹੁੰਚੇ ਉਧਰ ਆਮਣੇ ਵਰਗੇ ਮੋਟੂ ਵਰਗੇ ਹੈਰੀ ਨੰਗਲ ਹੋਰਾਂ ਦੇ ਮਾਣ ਕਰਦੇ ਸਟੇਜ ਤੇ ਕੌਂਕਾਂ ਦੀ ਟੀਮ ਤੇ ਵਾਹ ਸੱਚੇ ਪਾਤਸ਼ਾਹ ਮੇਰਾ ਬੜਾ ਹੱਥ ਫੱਕੇ ਕੌਂਕਾਂ ਦੀ ਟੀਮ ਤੇ ਇਹ ਜੀ ਦੱਸੋ ਕਿਹੜੀ ਟੀਮ ਜਿੱਤੂ ਹੈ ਇਸ ਟੀਮ ਦੇ ਵਿੱਚੋਂ ਰਮਾਣਾ ਅਜੀਤ ਸਿੰਘ ਵਾਲੇ ਦੀ ਟੀਮ ਜਿੱਤੀ ਹੋਈ ਰਮਾਣਾ ਅਜੀਤ ਸਿੰਘ ਵਾਲੇ ਦੀ ਟੀਮ ਜਿੱਤੂ ਹੈ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਸਾਡੇ ਪ੍ਰਬੰਧਕ ਵੀਰਾਂ ਦਾ ਕੌਂਕੇ ਤੇ ਧਨੌਲਾ ਮੰਡੀ ਕੌਂਕੇ ਦੀ ਟੀਮ ਹੈਰੀ ਨੰਗਲ ਹੋਰਾਂ ਨੇ ਸਪਾਂਸਰ ਕੀਤੀ ਕੈਨੇਡਾ ਦੇ ਟਾਂਟੋ ਸ਼ਹਿਰ ਵਿੱਚ ਵਸੇ ਆ ਸਰਪੰਚ ਕਰਨਾਮ ਸਿੰਘ ਜੀ ਮਧੇਕੇ ਵਾਲੇ ਉਹ ਵੀ ਚੇਚੇ ਤੌਰ ਤੇ ਪੁੱਜੇ ਬਹੁਤ ਬਹੁਤ ਧੰਨਵਾਦ ਅੰਡੇਗਾ ਜੀ ਆਰ ਮੋਸਟ ਵੈਲਕਮ ਸਰਪੰਚ ਸਾਹਿਬ ਜੀ ਦਾ ਸਾਰੇ ਵੀਰਾਂ ਦਾ ਸਾਡਾ ਵੀਰ ਅਮਨਦੀਪ ਦਵੜੀ ਖਾਨੇ ਵਾਲਾ ਗਰਾਊਂਡ ਦੇ ਵਿੱਚ ਆਵੇ ਜਲਦੀ ਦੇ ਨਾਲ ਅਮਨਦੀਪ ਦਵੜੀ ਖਾਨਾ ਸਾਥੀ ਕਮੈਂਡੇਟਰ ਹੰਤਾ ਗਿੱਦੜ ਵਿੰਡੀ ਵਾਲਾ ਸਿੱਖ ਸਰਦਾਰ ਗੁਰੂ ਆ ਕੇ ਆਪਣਾ ਮਾਣ ਸਨਮਾਨ ਹਾਸਲ ਕਰੇ ਹੰਤਾ ਗਿੱਦੜ ਵਿੰਡੀ ਵਾਲਾ ਆ ਕੇ ਆਪਣਾ ਮਾਣ ਸਨਮਾਨ ਹਾਸਲ ਕਰ ਲਵੇ ਅਗਲਾ ਮੈਚ ਕੌਂਕੀ ਧਨੌਲਾ ਮੰਡੀ ਤੋਂ ਬਾਅਦ ਬਾਪਲਾ ਤੇ ਖਾਰਾ ਕੌਲੋਕੇ ਦੀ ਜੇਤੂ ਕੇ ਰਾਮਸਰ ਧਨੌਲਾ ਤੇ ਬੀਲਾ ਭਾਈ ਰੂਪਾ ਏ ਤੇ ਸੇਖਾ ਚੱਕ ਰਾਮ ਸਿੰਘ ਵਾਲਾ ਤੇ ਮੌੜ ਨਾਭਾ ਚੰਦਰ ਦੇ ਲੋਕੋ ਭਗਤਾ ਭਾਈ ਤੇ ਮਾਣੂ ਕੇ ਗਿੱਲ ਠੁੱਲੀ ਵਾਲਾ ਤੇ ਧਨੌਲ ਬਾਪਲਾ ਦੀ ਟੀਮ ਨੂੰ ਇੱਕ ਮਿੰਟ ਦਾ ਸਮਾਂ ਜੀ ਬਾਪਲਾ ਦੀ ਟੀਮ ਨੂੰ ਇੱਕ ਮਿੰਟ ਦਾ ਸਮਾਂ ਉਹ ਟੀਮ ਖੇਡ ਮੈਦਾਨ ਦੇ ਵੱਲ ਆਵੇ ਬਾਪਲਾ ਦੀ ਟੀਮ ਇੱਕ ਮਿੰਟ ਦਾ ਸਮਾਂ ਜੀ ਸਟੂਡੀਓ ਵਾਲਾ ਬਾਈ ਗਰਾਊਂਡ ਦੇ ਵਿੱਚ ਆਵੇ ਸਟੂਡੀਓ ਵਾਲਾ ਬਾਈ ਗਰਾਊਂਡ ਦੇ ਵਿੱਚ ਆਵੇ ਇਹ ਡੇਢ ਪੁਆਇੰਟ ਫਤਿਹਗੜ੍ਹ ਛੰਨਾ ਦੀ ਧਰਤੀ ਦਾ ਸੋਨੀ ਆਪਣੀ ਟੀਮ ਦੇ ਹਿੱਸੇ ਜੋੜ ਜੋੜ ਸਟੂਡੀਓ ਵਾਲਾ ਵੀਰ ਅਗਲੀ ਕਬੱਡੀ ਖੇਡ ਮੈਦਾਨ ਵਿੱਚ ਧੌਲੇ ਮੰਡੀ ਦੀ ਟੀਮ ਦਾ ਖਿਡਾਰੀ ਕਬੱਡੀ ਪਾਰੇ ਕੰਨੀ ਮੋਟੂ ਦੂਜੀ ਕੰਨੀ ਅਮਨ ਆਓ ਆਪਾਂ ਦੇਖੀਏ ਚੌਂ ਜਾਫੀਆਂ ਦੇ ਵਿੱਚ ਕਿਹੜਾ ਨੌਜਵਾਨ ਗਬਰੂ ਇਸ ਨੌਜਵਾਨ ਖਿਡਾਰੀ ਨੂੰ ਡੱਕ ਪਾਵੇਗਾ ਕਿ ਬਾਬਾ ਆਪੀ ਤਖਤ ਉਠਾ ਦੇਵੇ ਬੰਦਾ ਹੋਵੇ ਨਾ ਬੇਨੀਤ ਕੁੜੇ ਗੀਤ ਬਲਜੀਤ ਕੌਂਕਾ ਵਾਲੇ ਦੀ ਕਲਮ ਨੇ ਪੂਰੀ ਦੁਨੀਆ ਦਾ ਦਿਲ ਟੁੰਬਿਆ ਤੇ ਪੁਆਇੰਟ ਨੌਜਵਾਨ ਗਬਰੂ ਜਾਫੀ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹਾਂ ਆਇਆ ਕਹਿੰਦੇ ਮੋਟਰਸਾਈਕਲਾਂ ਦਾ ਤੇ ਘੋੜਿਆਂ ਦਾ ਜੇਤੂ ਖਿਡਾਰੀ ਮੇਰੇ ਵੀਰੋ ਰਸ਼ੀਨ ਪਿੰਡ ਮੰਨਾ ਨਾਮ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਫੜਿਆ ਹੋਇਆ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਆਓ ਆਪਾਂ ਦੇਖੀਏ ਮੰਨਾ ਰਸ਼ੀਨ ਵਾਲਾ ਖੇਡ ਮੈਦਾਨ ਦੇ ਵਿੱਚ ਬਾਜ ਵਾਂਗੂ ਪਿਆ ਹੁੰਦਾ ਤੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲਾ ਮੈਚ ਬਾਪਲਾ ਤੇ ਖਾਰਾ ਕਾਲੋਕੇ ਤੇ ਜੇਤੀ ਕੇ ਧਨੌਲਾ ਤੇ ਬੀਲਾ ਸੇਖਾ ਵਾਲਾ ਮੈਚ ਮੇਰੇ ਵੀਰ ਭਾਈ ਮੇਰੀ ਟੀਮ ਦੇ ਨਾਲ ਖੇਡਿਆ ਜਾਣਾ ਔਰ ਨਾਲ ਹੀ ਚੱਕਰਾਮ ਸਿੰਘ ਵਾਲਾ ਦੇ ਮੌੜ ਨਾਭਾ ਚੰਦਰ ਤੇ ਲੋਕੋ ਭਗਤਾ ਭਾਈ ਤੇ ਮਾਣੂ ਕੇ ਗਿੱਲ ਫੁੱਲੀ ਵਾਲਾ ਤੇ ਭਦੌੜ ਇਹ ਟੀਮਾਂ ਖੇਡ ਮੈਦਾਨ ਦੇ ਨਾਲ ਜੁੜ ਜਾਣ ਉਧਰ ਦੇਖੋ ਭਰੀ ਹੋਈ ਫਗਲ ਵੱਜੀ ਹੋਈ ਕੈਂਚੀ ਇਸ ਵੇਲੇ ਨੌਜਵਾਨ ਗਬਰੂ ਖੇਡ ਮੈਦਾਨ ਦੇ ਵਿੱਚ ਮੋਟੂ ਕੌਂਕਿਆਂ ਵਾਲਾ ਟਰਾਈ ਕਰਦਾ ਤੇ ਪੁਆਇੰਟ ਇਸ ਨੌਜਵਾਨ ਝਾਵੀ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ ਸੋਨੀ ਕਬੱਡੀ ਪਾਉਣ ਦੇ ਲਈ ਬਿਲਕੁਲ ਤਿਆਰ ਤਿਆਰ ਹੈ ਖੇਡ ਮੈਦਾਨ ਦੇ ਅੰਦਰ ਵੀਰੋ ਕਾਲੂ ਸੀਕੇ ਸਾਡਾ ਵੀਰ ਹੈਪੀ ਸਿੱਧੂ ਰੰਗ ਨਾਲ ਸੰਪਰਕ ਕਰੇ ਕਬੱਡੀ 365.com ਵਾਲਿਆਂ ਵੀਰਾਂ ਦੇ ਨਾਲ ਜਿਸ ਧਰਤੀ ਦਾ ਪਾਲੀ ਕਬੱਡੀ ਦਾ ਮਸ਼ਹੂਰ ਮੇਰੇ ਵੀਰ ਖਿਡਾਰੀ ਆ ਪਾਲੀ ਵਰਗੇ ਅਮਰਤ ਵਰਗੇ ਜੈਲੇ ਉਹਨਾਂ ਨੂੰ ਪਿਆਰ ਕਰਨ ਵਾਲੇ ਉਸੇ ਨਗਰ ਦਾ ਸੋਨੀ ਬਹੁਤ ਤਕੜਾ ਪੁਆਇੰਟ ਜੋੜ ਦੀ ਟਰਾਈ ਕਰਦਾ ਪਰ ਪੁਆਇੰਟ ਲੈ ਵੀ ਦਿਲਿਆ ਜਾਫੀਆਂ ਦਾ ਪੁਆਇੰਟ ਆ ਪੁਆਇੰਟ ਜਾਫੀ ਰਹੀ ਸੀ ਜੁੜਦਾ ਹੋਇਆ ਗੁਰਪੀ ਜੰਗੀਆਣਾ ਸਟੇਜ ਦੇ ਸਾਹਮਣੇ ਪਹੁੰਚੇ ਅੱਜ ਗੁਰਪੀ ਦੂਰਾ ਨੇ ਕਬੱਡੀ ਦੇ ਸਟਾਰ ਬਣਾ ਕੇ ਇਸ ਭਾਗਾ ਵਾਲੀ ਧਰਤੀ ਦੇ ਕਬੱਡੀ ਦਾ ਇਤਿਹਾਸ ਰਚਿਆ ਔਰ ਵੱਡੀ ਤਾਦਾਦ ਵਿੱਚ ਪੁੱਜੇ ਹੋਏ ਦਰਸ਼ਕ ਵੀ ਉਧਰ ਦੇਖੋ ਕੌਂਕਿਆਂ ਵਾਲਾ ਕਿੱਥੋਂ ਜੰਮ ਪਈ ਹੈ ਗੇੜੇ ਵਿੱਚ ਦੇਰੀ ਹੈ ਸਿਰਾਂ ਦੀ ਪੱਗ ਲਾਉਣ ਲੱਗ ਪਈ ਵਿੱਚ ਬਲਜੀਤ ਹੀ ਹੈ ਮੇਰੇ ਵੀਰ ਗਾਈਆਂ ਲੈਣਾ ਤੇ ਪੁਆਇੰਟ ਜਾਫੀਆਂ ਵਿਖੇ ਸੀ ਜੁੜਦਾ ਹੋਇਆ ਮੰਨਾ ਰਸ਼ੀਦ ਵਾਲਾ ਮੇਰੇ ਵੀਰ ਖੇਡ ਮੈਦਾਨ ਵਿੱਚ ਕਬੱਡੀ ਪਾਉਣ ਦੇ ਲਈ ਹੋਇਆ ਹੋਇਆ ਹਰੀ ਨੰਗਲ ਹੋਈ ਮਾਰ ਕਰਦੇ ਕੈਨੇਡਾ ਦੇ ਟਾਂਟੋ ਸ਼ਹਿਰ ਦੇ ਵਿੱਚ ਬੈਠੇ ਜਾਲਾ ਧੂੜ ਕੋਟੀਆ ਆਓ ਆਪਾਂ ਦੇਖੀਏ ਸਿੱਖ ਸਰਦਾਰ ਦਾ ਸਿੱਖ ਸਰਦਾਰ ਦੇ ਨਾਲ ਗੋਪੀ ਦੇ ਨਾਲ ਮੁਕਾਬਲਾ ਕਰ ਧੂੜ ਕੋਟ ਦਾ ਪਰ ਇਹ ਪੁਆਇੰਟ ਨੌਜਵਾਨ ਮੰਨਾ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਆਵੇ ਨੌਜਵਾਨ ਅਗਲੀ ਕਬੱਡੀ ਦਿਖਾ ਕੋਈ ਜੁਰਕਾ ਕਿ ਆ ਗਿਆ ਖਿਡਾਰੀ ਵੇਖੋ ਖਿੱਚ ਕੇ ਤਿਆਰੀਆਂ ਖਾਧੀਆਂ ਖੁਰਾਕਾਂ ਵੇਖੋ ਵਾਢੀਆਂ ਸ਼ਿੰਗਾਰੀਆਂ ਲੱਗਣਾ ਮੈਦਾਨ ਵਿੱਚ ਜੋਰ ਚੋਟੀ ਅੱਡੀ ਦਾ ਉਹ ਕੌਡੀਆਂ ਸ਼ੀਰਾ ਬਣ ਜੇ ਵੀ ਜਿਹਨੂੰ
ਲੱਗ ਜੇ ਕਬੱਡੀ ਦਾ ਇਧਰ ਮੋਟੂ ਦੇ ਨਾਲ ਮੁਕਾਬਲਾ ਫੜਿਆ ਡੁੱਟਦਾ ਹੈ ਕਿ ਵੈਦਾ ਮੇਰੀ ਬਾਹ ਛੱਡ ਦੇ ਤੈਨੂੰ ਰੋਗ ਦਾ ਪਤਾ ਨਹੀਂ ਹੈ ਕੋਈ ਵੈਦਾ ਮੇਰੀ ਬਾਹ ਛੱਡ ਦੇ ਇਹ ਪੁਆਇੰਟ ਜਾਂ ਫਿਰ ਇਹ ਸੇ ਜੁੜਦਾ ਹੋਇਆ ਭਾਵੀ ਨੌਜਵਾਨ ਅਗਲੀ ਕਬੱਡੀ ਸੋਨੀ ਖੱਤੇ ਵਾਲੇ ਛੰਨਾ ਦਾ ਖੇਡ ਮੈਦਾਨ ਵਿੱਚ ਕਬੱਡੀ ਪਾ ਰਿਹਾ ਇੱਕ ਕੰਨੀ ਕਹਿੰਦੀ ਚੰਨਣ ਵਾਲੀ ਗੋਟੀ ਹੈ ਤੇ ਕਿਹੜਾ ਨੌਜਵਾਨ ਇਸ ਸੋਨੀ ਨੂੰ ਡੱਕ ਪਾਵੇਗਾ ਢਲੀ ਹੋਈ ਸ਼ਾਮ ਹੈ ਯੂਐਸਏ ਵਿੱਚ ਦਿਨ ਚੜ ਚੁੱਕਿਆ ਔਰ ਕੈਨੇਡਾ ਦੇ ਵਿੱਚ ਵੀ ਆਪੋ ਆਪਣੇ ਕੰਮਾਂ ਤੇ ਵੀ ਲੱਗੇ ਹੋਏ ਸਾਡੇ ਸਰਕਾਰ ਜੋ ਕਬੱਡੀ ਦੇ ਪ੍ਰਮੋਟਰ ਤੇ ਪਰ ਮੈਚਾਂ ਦਾ ਵੀ ਆਨੰਦ ਮਾਣੀ ਜਾ ਰਹੇ ਆ ਤੇ ਪੁਆਇੰਟ ਫਤਿਹਗੜ੍ਹ ਛੰਨਾ ਵਾਲਾ ਸੋਨੀ ਆਪਣੀ ਟੀਮ ਦੇ ਖੇਤ ਤੇ ਜੋੜਦਾ ਹੋਇਆ ਭਾਰੀ ਜਾਂ ਸਰੀਰ ਹੈ ਸਰੀਰ ਭਾਰੀ ਭਵਾਨਾ ਵਾਲੀ ਦਿੱਖ ਹੈ ਇਸ ਵੇਲੇ ਨੌਜਵਾਨ ਗੰਭੀਰ ਖੇਡ ਮੈਦਾਨ ਵਿੱਚ ਕਬੱਡੀ ਪਾਉਣ ਦੀ ਵਜ੍ਹਾ ਹੋਇਆ ਔਰ ਚਾਰ ਜਾਫੀਆਂ ਦੇ ਵਿੱਚੋਂ ਇੱਕ ਕੰਨੀ ਅਮਨ ਹੈ ਔਰ ਮੋਟੂ ਦੇ ਨਾਲ ਮੁਕਾਬਲਾ ਕੌਂਕੇ ਜਗਰਾਓਂ ਦਾ ਏਰੀਆ ਜਗਰਾਓਂ ਦੀ ਰੋਸ਼ਨੀ ਭਾਰੀ ਹੈ ਪਰ ਕੌਂਕੇ ਕਹਿੰਦੇ ਕਬੱਡੀ ਦੇ ਵਿੱਚ ਨਰਸਰੀ ਦੇ ਤੌਰ ਤੇ ਜਾਣਿਆ ਜਾਂਦਾ ਨਗਰ ਫਿਰ ਵੀਰੋ ਖੇਡ ਮੈਦਾਨ ਵਿੱਚ ਆਪਾਂ ਦੇਖੀਏ ਇਸ ਵੇਲੇ ਮੋਟੂ ਦੇ ਨਾਲ ਮੁਕਾਬਲਾ ਤੇ ਪੁਆਇੰਟ ਹੈ ਰੇਟ ਦੇ ਫੇਸ ਜੁੜਦਾ ਹੋਇਆ ਹੈਲੋ ਸ਼ੀਰ ਦਾ ਮੇਰੇ ਵੀਰੋ ਹੈਲੋ ਵੀਰ ਜੀ ਕਿਸੇ ਟੀਮ ਨੂੰ ਕੋਈ ਕਿਰਾਇਆ ਦਿੱਤਾ ਜਾਣਾਗਾ ਅੱਗੇ ਸੰਤੰਗ ਨਾ ਕਰੋ ਕਿਸੇ ਟੀਮ ਨੂੰ ਕੋਈ ਕਿਰਾਇਆ ਦਿੱਤਾ ਜਾਣਾਗਾ ਜਗਸੀਰ ਕਾਂਗੜ ਵਾਲੇ ਬਿੰਦਰ ਦੇ ਨਾਲ ਸੰਪਰਕ ਕਰੇ ਇੱਕ ਮਿੰਟ ਤੋਂ ਪਹਿਲਾਂ ਜਗਸੀਰ ਕਿਤੇ ਇਹਨੂੰ ਆਵਾਜ਼ ਸੁਣਦਾ ਉਧਰ ਬੈਂਤੂਰੀ ਸਾਡੇ ਵੀਰ ਭੰਡਾ ਵਰਨਾ ਵਾਲੇ ਜ਼ਿੰਦਗੀ ਨੂੰ ਬਹੁਤ ਸਤਿਕਾਰ ਦੇ ਵੀਰ ਉਚੇਚੇ ਤੌਰ ਤੇ ਪੁੱਜੇ ਬਹੁਤ ਬਹੁਤ ਧੰਨਵਾਦ ਇਧਰ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਤੇ ਵੀਰ ਪਾਉਣ ਦੇ ਲਈ ਇਹ ਨੌਜਵਾਨ ਝਣੌਲੇ ਮੰਡੀ ਵਾਲਾ ਵਧਿਆ ਹੋਇਆ ਚਾਰ ਜਾਫੀ ਤੇ ਦੋ ਨੰਬਰ ਦਾ ਜਾਫੀ ਫੱਟੀ ਹੋਈ ਖੁੱਜ ਤੇ ਮਣੀ ਧੂੜ ਵਾਲਾ ਦਗਾਲ ਦੇ ਏਰੀਏ ਦਾ ਪੱਤਣਾ ਦੇ ਏਰੀਏ ਦਾ ਫੈਸਲਾ ਕਰਦਾ ਇਹ ਪੁਆਇੰਟ ਕੌਂਕਿਆਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਬਾਬਾ ਰੋਗੀ ਸ਼ਾਹ ਕਲੱਬ ਕੌਂਕੀ ਜੇਤੂ ਹੈ ਅਗਲਾ ਮੈਚ ਬਾਪਲਾ ਤੇ ਖਾਰਾ ਅਮਣਾ ਸਾਡਾ ਬਾਈ ਆ ਕੇ ਮਾਨ ਸਨਮਾਨ ਹਾਸਲ ਕਰੇ ਕੌਂਕਿਆਂ ਵਾਲਾ ਤੇ ਮੋਟੂ ਨਾਲ ਇਹ ਮਾਨ ਸਨਮਾਨ ਕੌਂਕਿਆਂ ਵਾਲੇ ਮਾਨ ਸਨਮਾਨ ਹਾਸਲ ਕਰ ਲੈਣ ਬਾਪਲ ਵਰਸੀ ਖਾਰਾ ਕਾਲੂ ਪਿੰਡ ਜੇਤੂ ਕੰਧਰੌਲਾ ਰਾਮਸਰ ਦਾ ਜਿਹੜਾ ਮੈਚ ਬਿੱਲੇ ਦੀ ਟੀਮ ਦੇ ਨਾਲ ਖੇਡਿਆ ਜਾਣਾ ਅਮਨਦੀਪ ਕਬੜੀ ਖਾਨਾ ਸਾਡਾ ਵੀਰ ਅਗਲੀ ਗੱਲ ਕਰੇਗਾ ਹੈਲੋ ਹਾਂਜੀ ਆਪਣੇ ਕੌਂਕਾਂ ਦੇ ਤੈਨੂੰ ਲਾ ਵੰਡੀ ਗਈ ਹੈ ਕੌਂਕਿਆਂ ਦੀ ਟੀਮ ਬਾਬਾ ਰੋਗੀ ਸ਼ਾਹ ਕਲੱਬ ਕੌਂਕੇ ਜੇਤੂ ਹੈ ਬਾਈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਪਲਾ ਤੇ ਖਾਰਾ ਉਹ ਤੋਂ ਬਾਅਦ ਮੈਚ ਕਾਲੋ ਕੇ ਦੇ ਜੇਤੂ ਕੇ ਧਨੌਲਾ ਦੇ ਬੀਲਾ ਸੇਖਾ ਦੇ ਭਾਈ ਰੂਪਾ ਚੱਕ ਰਾਮ ਸਿੰਘ ਵਾਲਾ ਦੇ ਮੌੜ ਨਾਭਾ ਫਿਰ ਮੈਚ ਭਗਤ ਭਾਈ ਤੇ ਮਾਣੂ ਕੇ ਚੰਦੜ ਤੇ ਲੋਕੋ ਠੁੱਲੀ ਵਾਲਾ ਦੇ ਭਦੌੜ ਫੁੱਟਰ ਦੀ ਟੀਮ ਬਾਈ ਦੇ ਵਿੱਚ ਹੈ ਅਮਨਦੀਪ ਦਬੜੀ ਖਾਨ ਦਾ ਕਾਠੀ ਭਾਜੋਗੇ ਸਾਰੇ ਸਾਥੀ ਕਮੈਂਟੇਟਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਅਗਲੀ ਗੱਲ ਅਮਨਦੀਪ ਹੈਲੋ ਜਗਸੀਰ ਨੂੰ ਮੇਰੀ ਬੇਨਤੀ ਵੀ ਟਰਾਫੀਆਂ ਜਿਹੜੀਆਂ ਲੈ ਆਉਣ ਮੰਨੇ ਰਸ਼ੀਦ ਦਾ ਸਨਮਾਨ ਕਰਨਾ ਸੋਨੀ ਦਾ ਸਨਮਾਨ ਕਰਨਾ ਇਸ ਕਰਕੇ ਮੇਰੀ ਬੇਨਤੀ ਆ ਲਓ ਖੇਡ ਮੈਦਾਨ ਵਿੱਚ ਇਸ ਵੇਲੇ ਖਾਰਾ ਵਰਸੋ ਜੋ ਬਾਪਲ ਦੀ ਟੀਮਾਂ ਦੇ ਵਿਚਕਾਰ ਜਿਹੜਾ ਮੁਕਾਬਲੇ ਸ਼ੁਰੂ ਹੋਣ ਜਾ ਰਿਹਾ ਕਾਲੋ ਕੇ ਵਰਸੋ ਦੀ ਜੇਠੂਕੇ ਦੀ ਟੀਮਾਂ ਜਲਦੀ ਖੇਡ ਗਰਾਊਂਡ ਵਿੱਚ ਕੋਡ ਕਰਨ ਜੱਗੀ ਕਵੈਤ ਤੇ ਜੱਗੀ ਦੋਹਾ ਕਦਰ ਮੇਨ ਗੇਟ ਦੇ ਉੱਪਰ ਬਿੱਟੂ ਸੈਦੋਗਲ ਨਾਲ ਸੰਪਰਕ ਕਰ ਲੈਣ ਜੱਗੀ ਕਵੈਤ ਔਰ ਜੱਗੀ ਦੋਹਾ ਕਦਰ ਵਾਲਾ ਵੀਰ ਮੇਨ ਗੇਟ ਦੇ ਉੱਪਰ ਬਿੱਟੂ ਸੈਦੋ ਦੇ ਨਾਲ ਸੰਪਰਕ ਲਓ ਖੇਡ ਮੈਦਾਨ ਵਿੱਚ ਚੱਲਦਾ ਹੈ ਮੈਚ ਖਾਰੀ ਦੀ ਟੀਮ ਜਿਹੜੀ ਖੇਡਦੀ ਮੇਰੀ ਵੀ ਇਧਰਲੇ ਪਾਸੇ ਖੇਤਾਂ ਵਾਲੀ ਸਾਈਡ ਆ ਔਰ ਬਾਪਲ ਦੀ ਟੀਮ ਜਿਹੜੀ ਖੇਡਦੀ ਉਧਰਲੇ ਪਾਸੇ ਵਾਟਰਵਰਕਸ ਵਾਲੀ ਸਾਈਡ ਆ ਨਾਲ ਹੀ ਰਾਮ ਸਾਹਿਬ ਧਨੌਲਾ ਵਰਸਜ ਬੀਲੇ ਦੀਆਂ ਟੀਮਾਂ ਦੇ ਵਿਚਕਾਰ ਜਿਹੜਾ ਮੁਕਾਬਲਾ ਖੇਡਿਆ ਜਾਣਾ ਖੇਡ ਮੈਦਾਨ ਵਿੱਚ ਖਾਰੀ ਦੀ ਧਰਤੀ ਤੇ ਕੰਗ ਦੀ ਪਾਈ ਹੋਈ ਕਬੱਡੀ ਮੇਰੀ ਵੀਡੀਓ ਦੇਖਦਾ ਵੀ ਨੌਜਵਾਨ ਜ਼ਿਲ੍ਹਾ ਫਰੀਦਕੋਟ ਦੀ ਧਰਤੀ ਦਾ ਬਾਅਦ ਕਬੱਡੀ ਪਾਉਂਦਾ ਹੋਇਆ ਕਿ ਫਰੀਦਾ ਖਾਕ ਨਾ ਨਿੰਦੀਏ ਖਾਕੋ ਜੇਡ ਨਾ ਕੋਏ ਜੀਵਦਿਆਂ ਪਾਉਣ ਤਲੇ ਤੇ ਮੋਇਆ ਉੱਪਰ ਹੋਏ ਪਾਵਨ ਪਵਿੱਤਰ ਧਰਤੀ ਕਹਿੰਦੇ ਜ਼ਿਲ੍ਹਾ ਫਰੀਦਕੋਟ ਦੀ ਧਰਤੀ ਦਾ ਆਹ ਨੌਜਵਾਨ ਖਿਡਾਰੀ ਇਸ ਵੇਲੇ ਕੰਗ ਦੀ ਕਬੱਡੀ ਲਓ ਖੇਡ ਮੈਦਾਨ ਵਿੱਚ ਦੇਖ ਲੈ ਵੀ ਲੱਗਾ ਹੋਇਆ ਧਾਵੀ ਦਾ ਅੰਕ ਖਾਰੇ ਵਾਲਾ ਕੰਗ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੇ ਮੁਕਾਬਲੇ ਦੇ ਲਈ ਮੇਰੀ ਵੀਡੀਓ ਕਾਲੋ ਕੇ ਵਰਸੋ ਦੀ ਜੇਠੂ ਕਹਿੰਦੀਆਂ ਟੀਮਾਂ ਖੇਡ ਕਰਾਉਣ ਦੇ ਨੇੜੇ ਆ ਜਾਣ ਰਾਮ ਸਾਹਿਬ ਧਨੌਲਾ ਵਰਸੋ ਦੀ ਪੀਲੇ ਦੀਆਂ ਟੀਮਾਂ ਨੇ ਖੇਡਣਾ ਨਾਲ ਹੀ ਸੇਖਾ ਵਰਸੋ ਜੀ ਭਾਈ ਰੂਪਾ ਏ ਟੀਮ ਚੱਕ ਰਾਮ ਸਿੰਘ ਵਾਲਾ ਵਰਸੋ ਜੀ ਮੌੜ ਨਾਭੇ ਨੇ ਖੇਡਣਾ ਚੰਦੜ ਵਰਸੋ ਲੋਪੋਗੇ ਜੇ ਟੀਮਾਂ ਵੀ ਆਪਣੇ ਆਪ ਨੂੰ ਤਿਆਰ ਰੱਖਣ ਭਗਤਾ ਭਾਈ ਵਰਸੋ ਜੀ ਮਾਣੂਕੇ ਗਿੱਲ ਨਾਲ ਹੀ ਫੁੱਲੇ ਵਾਲੀ ਵਰਸੋ ਜੀ ਭਦੌੜ ਦੀਆਂ ਟੀਮਾਂ ਨੇ ਖੇਡਣਾ ਬੁੱਟਰ ਦੀ ਟੀਮ ਜਿਹੜੀ ਬਾਈ ਦੇ ਵਿੱਚ ਆ
ਬੱਲੀ ਨੈਣੇਵਾਲ ਵੱਡਾ ਧੰਨਵਾਦ ਹੈ ਹੂਟਰ ਤੇ ਜੋ ਆਪਣੀਆਂ ਸੇਵਾਵਾਂ ਦਿੰਦਾ ਹੈ ਸ਼ਹੀਦ ਦਾ ਵੀ ਵੱਡਾ ਧੰਨਵਾਦ ਕਰੀਏ ਲਓ ਲੱਖਾ ਕਹਿੰਦੇ ਖਾਰੇ ਦੀ ਧਰਤੀ ਦਾ ਲੱਖਾਂ ਵਿੱਚੋਂ ਇੱਕ ਦੇਖਣਾ ਵੀ ਇਹ ਨੌਜਵਾਨ ਲੱਖਾ ਖਾਰੇ ਵਾਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਅਗਲੀ ਰੇਡ ਖੇਡ ਮੈਦਾਨ ਵਿੱਚ ਲਾਈ ਹੱਥਾਂ ਨੂੰ ਗਲੀ ਤੇ ਕਰੇ ਮੌਲਾ ਭਲੀ ਸਾਡੀ ਰੇਡ ਦੇ ਉੱਪਰ ਚੱਲੀ ਹੈ ਤਾਂ ਗੁੰਦਿਆ ਸ਼ਰੀਰ ਦੇ ਵੀ ਸਿਫਤ ਕਰਾਂ ਹੱਥ ਲਾ ਕੇ ਜਾਫੀ ਨੂੰ ਫੜਾਉਂਦਾ ਨਹੀਂ ਉਬਾਂ ਉੱਧਰ ਖਾਰੇ ਦੀ ਧਰਤੀ ਦਾ ਸ਼ਕਤੀਮਾਨ ਕੰਮਾਂ ਸੇਵਕ ਤੇ ਵਿੱਕੀ ਚਾਰ ਜਾਫੀ ਉੱਧਰ ਖਾਰੇ ਵਾਲਾ ਕਹਿੰਦੇ ਸ਼ਕਤੀਮਾਨ ਹੈ ਬਾਬੇ ਹਰਪ੍ਰੀਤ ਕਵਾਲੂ ਤੇ ਕਬੱਡੀ ਦੇ ਦਾਅ ਪੇ ਸਿੱਖੇ ਕਿ ਹੱਡੀ ਕੇਸੜਾ ਪਿੱਛੇ ਸ਼ਕਤੀਮਾਨ ਨੇ ਤਾਲ ਜਮਾ ਦਿੱਤੀ ਨਿਕਲ ਕਿਤੇ ਨਾ ਜਾਵੇ ਨਾਲ ਹੀ ਕੈਂਚੀ ਪਾ ਦਿੱਤੀ ਕਿ ਦਵੜੀ ਖਾਨੇ ਵਾਲਿਆ ਆਨਾ ਜਾ ਵੀ ਭੇਡ ਵਿੱਚ ਤੋਂ ਸਾਨਾ ਦੇ ਦੇਖਣ ਵਾਲੇ ਹੁੰਦੇ ਨੇ ਦੋਸਤੋ ਜਹਰ ਜਵਾਨਾਂ ਦੇ ਚੱਲ ਕੈਮਰੇ ਵਾਲੇ ਵੀਰ ਨੂੰ ਬੇਨਤੀ ਹੈ ਇੱਧਰ ਆ ਜੇ ਪਲੀਜ਼ ਗਰਾਊਂਡ ਵਾਲੀ ਸਾਈਡ ਸਟਿਲ ਕੈਮਰਾ ਹਾਂਜੀ ਸਰਪੰਚ ਸੁਦੇਸ਼ ਮੱਲੀ ਅਮਨ ਦੀ ਸੁਨਾਮਾ ਤੇ ਕਬੱਡੀ ਖਿਡਾਰੀ ਲੱਖਾ ਸੁਨਾਮਾ ਉਹਨਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਅਮਨਦੀਪ ਸੁਨਾਮਾ ਤੇ ਲੱਖਾ ਸੁਨਾਮਾ ਕਬੱਡੀ ਖਿਡਾਰੀ ਹਾਂਜੀ ਸਰਪੰਚ ਸਤਨਾਮ ਲੱਖਾ ਸੁਨਾਮਾ ਉਹਨਾਂ ਨੂੰ ਸਨਮਾਨਿਤ ਕਰਕੇ ਮਾਨ ਜਿਹੜਾ ਪ੍ਰਾਪਤ ਕਰਨਗੇ ਸਾਡੇ ਸਤਿਕਾਰਯੋਗ ਵੀਰ ਲੱਖਾ ਸੁਨਾਮਾ ਸਤਨਾਮ ਸੈਕਟਰੀ ਦਾ ਬੇਟਾ ਆਪਣੇ ਘਰੇ ਚਲਾ ਜਾਵੇ ਉਧਰ ਸੋਨੀ ਫਤਿਹਗੜ੍ਹ ਛੰਨਾ ਆਪਣਾ ਸਨਮਾਨ ਜਿਹੜਾ ਪ੍ਰਾਪਤ ਕਰ ਰਹੇ ਸੋਨੀ ਫਤਿਹਗੜ੍ਹ ਛੰਨਾ ਇੰਟਰਨੈਸ਼ਨਲ ਖਿਡਾਰੀ ਉਹਨਾਂ ਨੂੰ ਅਸੀਂ ਸਨਮਾਨਿਤ ਕਰਕੇ ਜਿਹੜਾ ਮਾਨ ਪ੍ਰਾਪਤ ਕਰਾਂਗੇ ਸੋਨੀ ਫਤਿਹਗੜ੍ਹ ਛੰਨਾ ਹਾਂਜੀ ਇਹਦੇ ਵਿੱਚ ਖਾਰੇ ਦੀ ਟੀਮ ਜਿਹੜੀ ਜੇਤੂ ਰਹੀ ਆ ਖਾਰੇ ਦੀ ਟੀਮ ਅੰਮ੍ਰਿਤ ਖਾਰਾ ਜੇਤੂ ਖਾਰੇ ਦੀ ਟੀਮ ਜੇਤੂ ਹੈ ਕੌਲੋ ਤੇ ਵਰਸੋ ਜੇਤੂ ਕੇ ਦੋਨੇ ਟੀਮਾਂ ਜਲਦੀ ਖੇਡ ਗਰਾਊਂਡ ਵਿੱਚ ਰਿਪੋਰਟ ਕਰਨਾ ਹਾਂਜੀ ਕੌਲੋ ਤੇ ਵਰਸੋ ਸਰਪੰਚ ਸੁਦੇਸ਼ ਸਿੰਘ ਪੱਤੀ ਮੋਹ ਸਿੰਘ ਵੀ ਉਹ ਸਾਨੂੰ 500 ਰੁਪਇਆ ਮਾਨ ਸਨਮਾਨ ਨੂੰ ਦਿੰਦੇ ਆ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਆ ਰਹੀ ਹੈ ਟੀਮਾਂ ਆ ਰਹੀਆਂ ਕੌਲੋ ਕੇ ਤੇ ਜੇਠੂ ਕੇ ਬਾਰ ਬਾਰ ਮੈਂ ਅਨਾਊਂਸ ਕਰ ਰਿਹਾ ਦੋਨੋਂ ਟੀਮਾਂ ਅਸੀਂ ਕੱਟ ਦਿੱਤੀਆਂ ਧਨੌਲਾ ਮੰਡੀ ਤੇ ਬੀਲੇ ਦੀਆਂ ਟੀਮਾਂ ਗਰਾਊਂਡ ਚ ਆ ਜਾਣ ਧਨੌਲਾ ਮੰਡੀ ਧਨੌਲਾ ਰਾਮਸਰ ਧਨੌਲਾ ਰਾਮਸਰ ਵਰਸੋ ਜੀ ਬੀਲਾ ਦੋਨੇ ਟੀਮਾਂ ਗਰਾਊਂਡ ਚ ਆ ਜਾਣ ਕੌਲੋ ਕੇ ਤੇ ਜੇਠੂ ਕੇ ਦੀਆਂ ਟੀਮਾਂ ਅਸੀਂ ਕੱਟਦੀਆਂ ਜੇਠੂਕੇ ਆ ਗਈ ਹੈ ਕੌਲੋਕੇ ਕੌਲੋਕੇ ਵਰਸੋ ਜੇਠੂਕੇ ਉਸ ਤੋਂ ਬਾਅਦ ਸੇਖਾ ਵਰਸੋ ਜੇ ਭਾਈ ਰੂਪਾ ਏ ਟੀਮ ਚੱਕ ਰਾਮ ਸਿੰਘ ਵਾਲਾ ਵਰਸੋ ਜੇ ਮੌੜ ਮਾਪਾ ਚੰਦਰ ਵਰਸੋ ਜੇ ਲੋਪੋ ਨਾਲ ਹੀ ਮੇਰੀ ਜੋ ਭਗਤਾ ਭਾਈ ਵਰਸੋ ਜੇ ਮਾਨੂ ਕੇ ਗਿੱਲ ਫੁੱਲੇ ਵਾਲੀ ਵਰਸੋ ਜੇ ਭਦੌੜ ਇਹ ਵੀ ਟੀਮਾਂ ਆਪਣੇ ਆਪ ਨੂੰ ਤਿਆਰ ਰੱਖਣਗੀਆਂ ਅਗਲੇ ਮੁਕਾਬਲਿਆਂ ਦੇ ਲਈ ਸਾਰੀਆਂ ਟੀਮਾਂ ਜਲਦੀ ਖੇਡ ਗਰਾਊਂਡ ਦੇ ਵੱਲ ਆ ਜਾਣ ਬੁੱਟਰ ਦੀ ਟੀਮ ਦੇ ਲਈ ਬਾਈ ਦੇ ਵਿੱਚ ਹੈ ਬਹੁਤ ਹੀ ਤਕੜੇ ਮੁਕਾਬਲੇ ਹੁਣ ਜਿਹੜੇ ਆਪਾਂ ਦੇਖਾਂਗੇ ਸਰਜੀਤ ਫੌਜੀ ਰੌਂਦੇ ਵਾਲਾ ਜਿੱਥੇ ਵੀ ਆਵਾਜ਼ ਸੁਣਦਾ ਸ਼ਕਤੀਮਾਨ ਖਾਰਾ ਉਹਨਾਂ ਨੂੰ ਮਿਲਣਾ ਚਾਹੁੰਦੇ ਹੈ ਪਲੀਜ਼ ਸਰਜੀਤ ਫੌਜੀ ਸਟੇਜ ਤੇ ਆ ਕੇ ਸ਼ਕਤੀਮਾਨ ਖਾਰੇ ਦੇ ਨਾਲ ਸੰਪਰਕ ਲੈਣ ਸਰਜੀਤ ਫੌਜੀ ਰੌਂਦਾ ਸ਼ਕਤੀਮਾਨ ਖਾਰੇ ਦੇ ਨਾਲ ਸੰਪਰਕ ਲੈਣ ਸਟੇਜ ਦੇ ਉੱਪਰ ਆ ਕੇ ਪਲੀਜ਼ ਜਲਦੀ ਦੇ ਨਾਲ ਮੈਚ ਸਟਾਰਟ ਕਰਾਓ ਜੀ ਜੇਠੂਕੇ ਵਰਸੋ ਜੀ ਕੌਲੋਕੇ ਜੇਠੂਕਿਆਂ ਦੀ ਟੀਮ ਜਿਹੜੀ ਦਰਸ਼ਕ ਦੇ ਇਧਰਲੇ ਪਾਸੇ ਆਪਾਂ ਦੇਖਦੇ ਹਾਂ ਖੇਤਾਂ ਵਾਲੀ ਸਾਈਡ ਜੇਠੂਕਿਆਂ ਦੀ ਟੀਮ ਹੈ ਕੌਲੋਕਿਆਂ ਦੀ ਟੀਮ ਜਿਹੜੀ ਉੱਧਰ ਵੱਖ ਵੱਖ ਵਾਲੀ ਸਾਈਡ ਆ ਬਲਜੀਤ ਡਾਕਟਰ ਕੌਲੋਕਿਆਂ ਦੀ ਧਰਤੀ ਦਾ ਕਹਿੰਦੇ ਪ੍ਰਸਿੱਧ ਖਿਡਾਰੀ ਆ ਸੋਨੀ ਧਾਰੀ ਵਰਗੇ ਕਹਿੰਦੇ ਅੱਜ ਕਿਤੇ ਨਜ਼ਰ ਨਹੀਂ ਆਉਂਦੇ ਚੇਲੇ ਵਾਲਕਿਆਂ ਦੀ ਗੱਲ ਹੈ ਮੇਰੀ ਵੀ ਅੱਜ ਟੀਮ ਨੌਜਵਾਨ ਖੇਡ ਮੈਦਾਨ ਵਿੱਚ ਕਹਿੰਦੇ ਵੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਦੇ ਲਈ ਬਿਲਕੁਲ ਤਿਆਰ ਹੰਧਿਆਂ ਦੇ ਵਿਚਕਾਰ ਆਪਣੇ ਆਪ ਨੂੰ ਵਾਰਮ ਅਪ ਕਰਦਾ ਹੋਇਆ ਉਧਰਲੇ ਪਾਸੇ ਜੇਠੂ ਕਹਿੰਦੇ ਚਾਰ ਜਾਫੀਆਂ ਦੀ ਲੱਗੀ ਹੋਈ ਘੇਰੀ ਔਰ ਇੱਧਰ ਵੱਧ ਰਿਹਾ ਹੈ ਟੀਮ ਨਾਲ ਦੇਖਣਾ ਵੀ ਛੋਟਾ ਤੀਰ ਵਿੱਚੋਂ ਕਹਿੰਦੇ ਵੀ ਕਮਾਨ ਵਿੱਚੋਂ ਤੀਰ ਵੱਲ ਪਾਈ ਹੋਈ ਕਬੱਡੀ ਟੀਮ ਇੱਕ ਪਾਸੇ ਦੇਖਣਾ ਵੀ ਨੌਜਵਾਨ ਕੌਲੋਕਿਆਂ ਦੀ ਧਰਤੀ ਦਾ ਵਧਿਆ ਹੋਇਆ ਖੇਡ ਮੈਦਾਨ ਵਿੱਚ ਨਾਲ ਹੀ ਅਗਲੇ ਮੈਚ ਦੀਆਂ ਦੋਨੇ ਟੀਮਾਂ ਖੇਡ ਗਰਾਊਂਡ ਵਿੱਚ ਆ ਜਾਂਦੇ ਧਨੌਲਾ ਰਾਮਸਰ ਵਰਸੋ ਜੀ ਬੀਲਾ ਹੈਲੋ ਆ ਪਿੰਡਾਂ ਵੇਲੇ ਕੁਲਦੀਪ ਨੂੰ ਆ ਕੇ ਸੀਗੇ ਆਪਣੇ ਐਨ ਟੀ ਪੀ ਵਾਲਿਆਂ ਕੋਲੇ ਕੁਲਿੰਦਾ ਆ ਕੇ ਮਾਨ ਨੂੰ ਮਿਲੇ ਪਿੰਦਾ
ਰੈਫਰੀ ਦਾ ਫੈਸਲਾ ਤਲ ਹੋਵੇਗਾ ਕੋਈ ਵੀ ਖਿਡਾਰੀ ਜਿਹੜਾ ਰੈਫਰੀ ਤੇ ਇੰਪ੍ਰੈਸ਼ਨ ਪਾਉਣ ਦੀ ਕੋਸ਼ਿਸ਼ ਨਹੀਂ ਕਰੇਗਾ ਕਿਸੇ ਵੀ ਖਿਡਾਰੀ ਨੇ ਰੈਫਰੀ ਤੇ ਪ੍ਰੈਸ਼ਰ ਨਹੀਂ ਪਾਉਣਾ ਇਹ ਬੇਨਤੀ ਆ ਰੈਫਰੀ ਦਾ ਫੈਸਲਾ ਅੰਤਮ ਹੋਵੇਗਾ ਲਓ ਇੱਕ ਪਾਸੇ ਕਹਿੰਦੇ ਵੀ ਮੋਹਣੇ ਦੀ ਕਬੱਡੀ ਮੇਰੀ ਵੀਰੋ ਕਹਿੰਦੇ ਭਾਈ ਜੀ ਤੇ ਪਿੰਡ ਦੇ ਲਈ ਲੰਮਾ ਸਮਾਂ ਕਬੱਡੀ ਖੇਡੀ ਇਸ ਲਈ ਨਾਲ ਜਾਂਦੇ ਲਓ ਮੋਹਣਾ ਇਸ ਵੇਲੇ ਖੇਡ ਮੈਦਾਨ ਵਿੱਚ ਵੱਧ ਕੇ ਕਬੱਡੀ ਪਾਉਂਦਾ ਉਧਰਲੇ ਪਾਸੇ ਤੌਲੋਕਾ ਵਾਲਾ ਵੱਲ ਕੋਸ਼ਿਸ਼ ਕਰਦਾ ਹੋਇਆ ਨਾਲ ਹੀ ਬੇਨਤੀ ਸੁਰਜੀਤ ਫੌਜੀ ਜਿੱਥੇ ਵੀ ਆਵਾਜ਼ ਸੁਣਦਾ ਸ਼ਕਤੀਮਾਨ ਖਾਰੇ ਦੇ ਨਾਲ ਸਟੇਜ ਤੇ ਸੰਪਰਕ ਕਰੇ ਸੁਰਜੀਤ ਫੌਜੀ ਰਾਤੇ ਵਾਲਾ ਲਓ ਫਿਰ ਮੈਦਾਨ ਵਿੱਚ ਫਿਰ ਪਾਈ ਹੋਈ ਕਬੱਡੀ ਹੈਲੋ ਕਾਕਾ ਉਡਾਲਾ ਕਿੱਥੇ ਹੈਗਾ ਮੈਨੂੰ ਮਿਲਿਆ ਗਏ ਲਓ ਖੇਡ ਮੈਦਾਨ ਵਿੱਚ ਫਿਰ ਇਸ ਵੇਲੇ ਪਾਈ ਹੋਈ ਕਬੱਡੀ ਹਲਕੀ ਹਲਕੀ ਉੱਡਦੀ ਹੋਈ ਮਾਂ ਮਿੱਟੀ ਦੀ ਧੂੜ ਆਉਂਦਾ ਗੱਭਰੂ ਧੂੜਾ ਪੜਦਾ ਪੁਆਇੰਟ ਕਾਲੋਕੇ ਦੀ ਟੀਮ ਦੇ ਖਾਤੇ ਰਾਮ ਸਾਹਿਬ ਸਨਾਲਾ ਵਰਸੋ ਜੀ ਪੀਲੇ ਦੀਆਂ ਟੀਮਾਂ ਮੇਰੀ ਵੀਰੋ ਜਲਦੀ ਖੇਡ ਗਰਾਊਂਡ ਦੇ ਨੇੜੇ ਆ ਜਾਣ ਸੇਖਾ ਵਰਸੋ ਜੀ ਭਾਈ ਰੂਪਾ ਏ ਟੀਮ ਇੱਧਰ ਸਾਡੀ ਜ਼ਿੰਦਗੀ ਦਾ ਬਹੁਤ ਹੀ ਸਤਿਕਾਰਯੋਗ ਵੀਰ ਰਾਮਤੇ ਤੋਂ ਵਿਸ਼ੇਸ਼ ਤੌਰ ਤੇ ਪੁੱਜਿਆ ਨੇਕੀ ਮੱਲੀ ਅੱਜ ਕਬੱਡੀ ਖਿਡਾਰੀ ਸੋਨੀ ਜੰਗੀਆਣੀਏ ਨੂੰ ਸੋਨੇ ਦੀ ਚੇਨ ਪਾ ਕੇ ਵੱਡੇ ਮਾਣ ਸਨਮਾਨ ਦਿੱਤੇ ਜਾਣਗੇ ਨੇਕੀ ਮੱਲੀ ਨੂੰ ਮੇਰੀ ਬੇਨਤੀ ਹੈ ਵੀ ਪਲੀਜ਼ ਉਹ ਆ ਜਾਣ ਨੇਕੀ ਮੱਲੀ ਕਾਲਾ ਰਾਇਕਾ ਜੂਪਾ ਸਾਡਾ ਵੀਰ ਸੁਖਮੰਦਰ ਰੌਂਤਾ ਸੋਨੀ ਨੂੰ ਸੋਨੇ ਦੀ ਚੇਨ ਪਾ ਕੇ ਜਿਹੜੇ ਵੱਡੇ ਮਾਣ ਸਨਮਾਨ ਦਿੱਤੇ ਜਾ ਰਹੇ ਨੇ ਇੱਧਰਲੇ ਪਾਸੇ ਸਾਡਾ ਵੀਰ ਸੋਨੀ ਫੋਟੋਗ੍ਰਾਫਰ ਨੂੰ ਮੇਰੀ ਬੇਨਤੀ ਪਲੀਜ਼ ਸਟਿਲ ਕੈਮਰਾ ਲੈ ਕੇ ਪਹੁੰਚ ਜਾਣ ਫੋਟੋਗ੍ਰਾਫਰ ਇੱਧਰਲੇ ਪਾਸੇ ਸੋਨੀ ਜੰਗੀਆਣਾ ਉਹਨਾਂ ਨੂੰ ਨੇਕੀ ਮੱਲੀ ਵੱਲੋਂ ਨੇਕੀ ਮੱਲੀ ਰੌਂਤੇ ਵੱਲੋਂ ਕਹਿੰਦੇ ਵੀ ਜੰਗੀਆਣਾ ਟੀਮ ਦੇ ਇੰਚਾਰਜ ਸੋਨੀ ਨੂੰ ਸੋਨੇ ਦੀ ਚੇਨ ਪਾ ਕੇ ਵੱਡਾ ਮਾਨ ਸਨਮਾਨ ਦਿੱਤਾ ਜਾ ਰਿਹਾ ਮੈਂ ਉਧਰਲੇ ਪਾਸੇ 365.com ਦੇ ਕੈਮਰਾਮੈਨ ਨੂੰ ਵੀ ਬੇਨਤੀ ਕਰੂੰਗਾ ਕਿ ਪਲੀਜ਼ ਇਧਰਲੇ ਸਾਈਡ ਜਿਹੜਾ ਹੈ ਯਾਦਗਾਰੀ ਪਲ ਆਪਣੇ ਕੈਮਰੇ ਦੀ ਅੱਖ ਵਿੱਚ ਬੰਦ ਕਰ ਲੈਣ ਸਾਡੇ ਵੀਰ ਸੋਨੀ ਨੂੰ ਜਿਹੜਾ ਮਾਨ ਸਨਮਾਨ ਦਿੱਤਾ ਜਾ ਰਿਹਾ ਸੋਨੇ ਦੀ ਚੇਨ ਪਾ ਕੇ ਵੱਡੇ ਮਾਨ ਤੇ ਸਤਿਕਾਰ ਨੇਕੀ ਮੱਲੀ ਰੌਂਤਾ ਉੱਥੇ ਨਾਲ ਹੀ ਮੇਰੀ ਵੀਰੋ ਕਾਲਾ ਰਾਇਕੇ ਸੁਖਮੰਦਰ ਰੌਂਤਾ ਕਬੱਡੀ ਖਿਡਾਰੀ ਜੂਪਾ ਇਹਨਾਂ ਸਾਰੇ ਵੀਰਾਂ ਵੱਲੋਂ ਵੱਡਾ ਮਾਨ ਸਨਮਾਨ ਦਿੱਤਾ ਜਾ ਰਿਹਾ ਕਹਿੰਦੇ ਜੰਗੀਆਣਾ ਟੀਮ ਦਾ ਇੰਚਾਰਜ ਆ ਮੇਰੀ ਵੀਰੋ ਸੋਨੀ ਉਹਦਾ ਵੱਡਾ ਮਾਣ ਸਤਿਕਾਰ ਮੁਬਾਰਕਬਾਦ ਦਿੰਦੇ ਆ ਉੱਥੇ ਨੇਕੀ ਉਹਨਾਂ ਦਾ ਵੱਡਾ ਧੰਨਵਾਦ ਆ ਸੋ ਸਾਡੇ ਵੀਰ ਕਾਲੇ ਰਾਇਕੇ ਦਾ ਵੱਡਾ ਧੰਨਵਾਦ ਜਿੱਥੇ ਆਪਣੇ ਨਗਰ ਦੇ ਵਿੱਚ ਬਹੁਤ ਸ਼ਾਨਦਾਰ ਕਬੱਡੀ ਖੇਡ ਮੇਲਾ ਕਰਵਾਉਂਦੇ ਆ ਗੁਰਪ੍ਰੀਤ ਉਹਨਾਂ ਦੇ ਨਾਲ ਭਾਈਆਂ ਤੋਂ ਵੱਧ ਕੇ ਪਿਆਰ ਇਹਨਾਂ ਵੀਰਾਂ ਦਾ ਨਾ ਉਹ ਖੇਡ ਮੈਦਾਨ ਵਿੱਚ ਭੀਮ ਵੱਲ ਕਬੱਡੀ ਪਾਉਂਦਾ ਹੋਇਆ ਭੀਮ ਦੀ ਕਬੱਡੀ ਸਾਹਮਣੇ ਮੈਂ ਦੇਖਦੇ ਵੀ ਇੱਕ ਪਾਸੇ ਚਾਰ ਜਾਫੀ ਨੇ ਪਰਬਤਾਂ ਵਰਗੇ ਨਾਲ ਉਹਨਾਂ ਦੇਖਦੇ ਵੀ ਕਿਹੜਾ ਖਿਡਾਰੀ ਹੁਣ ਆਪਣੀ ਟੀਮ ਦੇ ਲਈ ਲੱਖਾਂ ਦੇ ਪੁਆਇੰਟ ਦਾ ਵਾਧਾ ਕਰਦਾ ਪਾਈ ਹੋਈ ਕਬੱਡੀ ਉੱਧਰ ਨਾਲ ਉਹਨਾਂ ਵੱਲ ਕੋਸ਼ਿਸ਼ ਕਰਦਾ ਉਖਲੇ ਪੈਰ ਫੜਿਆ ਦੁੱਟ ਵੱਜੀ ਹੋਈ ਕੈਂਚੀ ਨਾਲ ਦੇਖ ਲੈ ਵੀ ਮਾਰ ਦੋ ਤਾੜੀਆਂ ਬਗਾਲ ਵਾਲੇ ਬਿੱਟੂ ਵਾਂਗੂ ਨਾਲ ਜਾਂਦੇ ਕਰਤਾ ਖਿਡਾਰੀਆਂ ਦੇ ਨਹੀਂ ਰੀਸਾ ਲੱਗਾ ਹੋਇਆ ਜ਼ੋਰ ਹੈ ਜ਼ੋਰ ਤੇ ਜਵਾਨੀ ਹੁੰਦੀ ਉਮਰਾਂ ਦੀ ਖੇਡ ਜੀ ਇਹਦੇ ਵਿੱਚ ਹੁੰਦਾ ਯਾਰ ਉਸਾਨਾ ਵਾਲਾ ਭੇਡ ਜੀ ਇਹਦੇ ਵਿੱਚ ਹੁੰਦਾ ਯਾਰ ਉਸਾਨਾ ਵਾਲਾ ਭੇਡ ਜੀ ਇਸ ਮੈਚ ਦੀ ਸਮਾਪਤੀ ਜੇਤੂ ਕਹਿੰਦੀ ਟੀਮ ਜੇਤੂ ਕਰੋ ਜੀ ਠੀਕ ਹੈ ਜੀ ਗੁਰਪ੍ਰੀਤ ਜੰਗੀਆਣੇ ਵੱਲੋਂ ਮੇਰੀ ਵੀਰੋ ਕਾਲੇ ਦੇ ਲਈ 100 ਰੁਪਇਆ ਵੱਡਾ ਮਾਣ ਹੈ ਜੇਤੂ ਕਹਿਣ ਵਾਲੇ ਇਸ ਜਾਫੀ ਦੇ ਲਈ 100 ਰੁਪਏ ਦਾ ਵੱਡਾ ਮਾਨ ਆਪਣਾ 100 ਰੁਪਇਆ ਕਾਲਾ ਮੇਰੇ ਕੋਲੋਂ ਪ੍ਰਾਪਤ ਕਰ ਲਵੇ ਜੇਠੂ ਕਹਿਣਾ ਹੈਲੋ ਕਾਲੀ ਰਾਮ ਸਾਹਿਬ ਸਨਾਲਾ ਤੇ ਬਹਿਬਲ ਹੈਲੋ ਬੀਲਾ ਹੈਲੋ ਵੀਰ ਜੀ ਜੇਠੂ ਕੇ ਜੇਤੂ ਆ ਹਾਂਜੀ ਠੀਕ ਹੈ ਉਧਰ ਦੁਨੀਆਂ ਦਾ ਸਟਾਰ ਖਿਡਾਰੀ ਅਜਮੇਰ ਜਲਾਲ ਵਾਲਾ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਮੇਰੀ ਵੀਰੋ ਉੱਥੇ ਕਹਿੰਦੇ ਕਿ ਉਹਦਾ ਮਸੇਰ ਕਪਤਾਨ ਕਲਿਆਣਾ ਵਾਲਾ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਦੋਨੋਂ ਖਿਡਾਰੀਆਂ ਦੇ ਇੱਥੇ ਪਹੁੰਚ ਉੱਤੇ ਅਸੀਂ ਨਿਗਾਹ ਸਵਾਦ ਕਰਾਈ ਜੀਆ ਨੂੰ ਆਖਾਂਗੇ ਕਹਿੰਦੇ ਦੁਨੀਆਂ ਦਾ ਸਭ ਤੋਂ ਤੇਜ਼ ਧਾਵੀ ਮੰਨਿਆ ਗਿਆ ਅਜਮੇਰ ਜਲਾਲ ਵਾਲੇ ਨੂੰ ਲਓ ਉਹਨਾਂ ਦਾ ਵੀ ਇੱਥੇ ਪਹੁੰਚ ਉੱਤੇ ਨਿਗਾਹ ਸਵਾਦ ਨਾਲ ਹੀ ਉਹਦਾ ਮਸੇਰ ਵੀਰੋ ਕਪਤਾਨ ਕਲਿਆਣਾ ਵਾਲਾ ਸਾਡੇ ਵਿਚਕਾਰ ਪੁੱਜਿਆ ਦੋਨੋਂ ਵੀਰਾਂ ਦੇ ਇੱਥੇ ਪਹੁੰਚ ਉੱਤੇ ਨਿਗਾਹ ਸਵਾਦ ਹੈ ਰਾਮ ਸਰ ਧਨੌਲਾ ਵਰਸੋ ਜਪੀਲੇ ਦੀਆਂ ਟੀਮਾਂ ਦਾ ਮੈਚ ਮਿੱਤਰੋ ਫਸ ਗਈਆਂ ਕੁੰਡੀਆਂ ਬਾਹਰ ਬੈਠੇ ਲੋਕੀ ਗੱਲਾਂ ਕਰਦੇ ਨੇ ਟੀਮਾਂ ਦੋਨੋਂ ਚੱਲੀਆਂ ਕੌਣ ਖਿੱਚੂ ਗਿੱਟੇ ਤੇ ਕੌਣ ਪਾਊਗਾ ਕਬੱਡੀ ਅੱਜ ਚੁੱਕ ਚੁੱਕ ਕੇ ਜਿਹਦੇ ਪੱਟਾਂ ਦੇ ਵਿੱਚ ਜਾਣ ਮਿੱਤਰੋ ਉਹਨੇ ਅੱਜ ਜਾਣੇ ਜਿੱਤ ਗਏ ਜਿਹਦੇ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਉਹਨੇ ਅੱਜ ਜਾਣੇ ਜਿੱਤ ਗਏ ਵਾਕਈ ਅੱਜ ਪੱਟਾਂ ਦੇ ਜ਼ੋਰ ਬਾਹਾਂ ਦੇ ਬਲ ਸ਼ਾਸ਼ੀਆਂ ਦੀ ਤਾਕਤ ਦਾ ਪਤਾ ਲੱਗਣਾ ਨਾਲ ਹੀ ਮੇਰੇ ਵੀਰੋ ਸੇਖਾ ਵਰਸੋ ਜੀ ਭਾਈ ਰੂਪਾ ਏ ਟੀਮ ਚੱਕ ਰਾਮ ਸਿੰਘ ਵਾਲਾ ਵਰਸੋ ਜੀ ਮੌੜ ਨਾਭਾ ਚੰਦੜ
ਵਰਸੋ ਲੋਕੋ ਕੇ ਇਹ ਵੀ ਟੀਮਾਂ ਜਲਦੀ ਖੇਡ ਗਰਾਊਂਡ ਦੇ ਵੱਲ ਆਉਣਗੀਆਂ ਨਾਲ ਹੀ ਮੇਰੀ ਵੀਰੋ ਭਗਤਾ ਭਾਈ ਵਰਸੋ ਜਮਾਨੂ ਕੇ ਗਿੱਲ ਫੁੱਲੇ ਵਾਲੀ ਵਰਸੋ ਚ ਬਕਾਲੇ ਚੜ੍ਹਾਉਣਾ ਮੇਰੀ ਵੀਰੋ ਭਗੌੜ ਦੀਆਂ ਟੀਮਾਂ ਦਾ ਇਹ ਸਾਰੀਆਂ ਟੀਮਾਂ ਜਲਦੀ ਖੇਡ ਗਰਾਊਂਡ ਦੇ ਵਿੱਚ ਆ ਜਾਣ ਮਣੀਪੁਰ ਜਿੱਥੇ ਵੀ ਆਵਾਜ਼ ਸੁਣਦਾ ਖੇਡ ਗਰਾਊਂਡ ਦੇ ਵਿੱਚ ਪਹੁੰਚੇ ਮਣੀਪੁਰ ਹੈਲੋ ਕਬੱਡੀ ਖਿਡਾਰੀ ਗੁਰਪ੍ਰੀਤ ਇੱਥੇ ਪਹੁੰਚੇ ਵੀਰੇ ਆਹ ਮੈਚ ਕਰਾਓ ਜੀ ਇਹ ਮੈਚ ਕਰਾਓ ਡੈਨੀ ਪ੍ਰਗਟ ਆਹ ਮੈਚ ਕਰਾਓ ਉਧਰ ਨੇਕੀ ਮੱਲੀ ਰੌਂਤਾ ਉਹਨਾਂ ਨੂੰ ਅਸੀਂ ਸਨਮਾਨਿਤ ਕਰਕੇ ਜਿਹੜਾ ਮਾਣ ਮਹਿਸੂਸ ਕਰਾਂਗੇ ਕੈਮਰਾਮੈਨ ਨੂੰ ਮੇਰੀ ਬੇਨਤੀ ਵੀ ਇੱਧਰ ਆ ਜਾਣ ਪਲੀਜ਼ ਕੈਮਰਾਮੈਨ ਹਾਂਜੀ ਜੋ ਹੈਗਾ ਫੈਸਲਾ ਕਰਨਾ ਉਹ ਟੱਲ ਹੋਊਗਾ ਨੇਕੀ ਮੱਲੀ ਜਿਨ੍ਹਾਂ ਨੇ ਮੇਰੀ ਅੱਜ ਸੋਨੀ ਨੂੰ ਸੋਨੇ ਦੀ ਚੇਨ ਪਾ ਕੇ ਵੱਡਾ ਮਾਣ ਸਤਿਕਾਰ ਦਿੱਤਾ ਰੌਂਤੇ ਤੋਂ ਸਾਡਾ ਬਹੁਤ ਹੀ ਸਤਿਕਾਰ ਜੋ ਵੀਰ ਉਹਨਾਂ ਨੂੰ ਅਸੀਂ ਸਨਮਾਨਿਤ ਕਰਕੇ ਮਾਣ ਮਹਿਸੂਸ ਕਰਾਂਗੇ ਉਧਰ ਸੁਖਮੰਦਰ ਰੌਂਤਾ ਨਾਲ ਮੇਰੀ ਵੀਰੋ ਤਾਲਾ ਰਾਇ ਕੇ ਸੋ ਮਣੀਪੁਰ ਖੇਡ ਗਰਾਊਂਡ ਦੇ ਵਿੱਚ ਪਹੁੰਚੇ ਅੰਮ੍ਰਿਤ ਉਧਰ ਵੱਡਾ ਮਾਨ ਸਨਮਾਨ ਜਿਹੜਾ ਹੋ ਰਿਹਾ ਨੇਕੀ ਮੱਲੀ ਰੌਂਤਾ ਜਿਨ੍ਹਾਂ ਨੇ ਅੱਜ ਜੰਗੀਆਂ ਦੀ ਟੀਮ ਦੇ ਇੰਚਾਰ ਸੋਨੀ ਨੂੰ ਸੋਨੇ ਚੇਨ ਪਾ ਕੇ ਵੱਡੇ ਮਾਨ ਤੇ ਸਤਿਕਾਰ ਦਿੱਤੇ ਅਜਮੇਰ ਜਲਾਲ ਉਹ ਵੀ ਪਲੀਜ਼ ਆਪਣਾ ਸਨਮਾਨ ਜਿਹੜਾ ਪ੍ਰਾਪਤ ਕਰ ਲੈਣ ਅਜਮੇਰ ਜਲਾਲ ਔਰ ਨਾਲ ਹੀ ਕਪਤਾਨ ਪਲੀਜ਼ ਆਪਣਾ ਸਨਮਾਨ ਜਿਹੜਾ ਪ੍ਰਾਪਤ ਕਰ ਲੈਣ ਇਧਰ ਇੰਟਰਨੈਸ਼ਨਲ ਕਬੱਡੀ ਖਿਡਾਰੀ ਕਪਤਾਨ ਕਲਿਆਣਾ ਨੂੰ ਅਸੀਂ ਸਨਮਾਨਿਤ ਕਰਕੇ ਜਿਹੜਾ ਮਾਨ ਪ੍ਰਾਪਤ ਕਰਾਂਗੇ ਦੁਨੀਆ ਦਾ ਸਟਾਰ ਖਿਡਾਰੀ ਮੇਰੀ ਵੀਰੋ ਦੁਨੀਆ ਮਨਾਈ ਅਜਮੇਰ ਜਲਾਲ ਨੇ ਕਹਿੰਦੇ ਭਾਵਾਂ ਦੀ ਇੰਗਲੈਂਡ ਦੀਆਂ ਗਰਾਊਂਡਾਂ ਦੀ ਗੱਲ ਹੋਵੇ ਜਾਂ ਫਿਰ ਕੈਨੇਡਾ ਦੀਆਂ ਖੇਡ ਗਰਾਊਂਡਾਂ ਦੀ ਗੱਲ ਹੋਵੇ ਇੱਕ ਜ਼ੋਰਦਾਰ ਤਾੜੀ ਮਾਰਦੇ ਯਾਰ ਅਜਮੇਰ ਜਲਾਲ ਦੇ ਨਾਂ ਦੀ ਕਿਉਂਕਿ ਇਹ ਉਹ ਖਿਡਾਰੀ ਹੈ ਜਿਹਨੇ ਕੈਨੇਡਾ ਵਰਲਡ ਕੱਪ ਦੇ ਵਿੱਚ ਮੇਰੀ ਵੀਰੋ 2007 ਦੇ ਵਿੱਚ ਕਹਿੰਦੇ ਵੀ 7 ਸੈਕਿੰਡਾਂ ਦੇ ਵਿੱਚ ਰੇਡ ਪਾ ਕੇ ਢੇਰੀਆਂ ਤੇ ਆਉਣ ਦਾ ਰਿਕਾਰਡ ਅੱਜ ਵੀ ਕਾਇਮ ਹੈ ਕੈਨੇਡਾ ਕਬੱਡੀ ਵਰਲਡ ਕੱਪ ਤੇ ਬਹੁਤ ਤਕੜੀਆਂ ਕਬੱਡੀਆਂ ਪਾਈਆਂ ਦੁਨੀਆ ਦਾ ਸਭ ਤੋਂ ਤੇਜ਼ ਰੇਡਰ ਜੇ ਮੰਨਿਆ ਗਿਆ ਤੇ ਜਲਾਲ ਵਾਲੇ ਕਹਿੰਦੇ ਇਸ ਮਹਾਨ ਖਿਡਾਰੀ ਅਜਮੇਰ ਨੂੰ ਔਰ ਉੱਧਰ ਉਹਨਾਂ ਦੇ ਮਸੇਰ ਕਹਿੰਦੇ ਵੀ ਕਪਤਾਨ ਕਲਿਆਲਾ ਵਾਲੇ ਨੂੰ ਵੀ ਸਨਮਾਨਿਤ ਕਰਕੇ ਅਸੀਂ ਮਾਣ ਮਹਿਸੂਸ ਕਰਾਂਗੇ ਦੋਨੋਂ ਖਿਡਾਰੀਆਂ ਦੇ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਨਾਲ ਹੀ ਉਹਨਾਂ ਨੂੰ ਸਨਮਾਨਿਤ ਕਰਕੇ ਅਸੀਂ ਮਾਣ ਜਿਹੜਾ ਪ੍ਰਾਪਤ ਕਰ ਰਹੇ ਹਾਂ ਜੇਠੂਕਿਆਂ ਦੀ ਟੀਮ ਜਿਹੜੀ ਖੇਡ ਗਰਾਊਂਡ ਦੇ ਵਿੱਚ ਪਹੁੰਚੇ ਜੇਠੂਕਿਆਂ ਦੀ ਟੀਮ ਇੱਕ ਮਿੰਟ ਤੋਂ ਪਹਿਲਾਂ ਗਰਾਊਂਡ ਦੇ ਵਿੱਚ ਆ ਜਾਵੇ ਸਾਰੀ ਟੀਮ ਖੇਡ ਗਰਾਊਂਡ ਦੇ ਵਿੱਚ ਪਹੁੰਚੇ ਜੇਠੂਕੇ ਉੱਧਰ ਵੇਰਕਾ ਡੈਰੀ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਪ੍ਰਬੰਧਕ ਕਮੇਟੀ ਵੱਲੋਂ ਬਾਪੂ ਬਾਬੂ ਸਿੰਘ ਜੀ ਪ੍ਰਧਾਨ ਉਹਨਾਂ ਵੱਲੋਂ ਮੇਰੀ ਵੀਰੋ ਅਗਲੇ ਸਾਲ ਦੇ 45 ਕਿਲੋ ਭਾਰ ਦੇ ਜਿਹੜਾ ਬੈਸਟ ਰੇਟਰ ਹੋਵੇਗਾ ਉਹਨੂੰ 2 ਕਿਲੋ ਘਿਓ ਜਿਹੜਾ ਮਾਨ ਸਨਮਾਨ ਦਿੱਤਾ ਜਾਵੇਗਾ ਉੱਥੇ ਨਾਲ ਹੀ 54 ਕਿਲੋ ਭਾਰ ਦਾ ਜਿਹੜਾ ਬੈਸਟ ਰੇਟਰ ਹੋਵੇਗਾ ਉਹਨੂੰ 5 ਕਿਲੋ ਦੇਸੀ ਘਿਓ ਦਿੱਤਾ ਜਾਵੇਗਾ 75 ਕਿਲੋ ਭਾਰ ਦਾ ਜਿਹੜਾ ਬੈਸਟ ਰੇਟਰ ਹੋਵੇਗਾ ਉਹਨੂੰ 10 ਕਿਲੋ ਘਿਓ ਦੇਸੀ ਜਿਹੜਾ ਮਾਨ ਸਨਮਾਨ ਦਿੱਤਾ ਜਾਊਗਾ ਓਪਨ ਕਬੱਡੀ ਦਾ ਜਿਹੜਾ ਬੈਸਟ ਰੇਟਰ ਹੋਊਗਾ ਉਹਨੂੰ 15 ਕਿਲੋ ਦੇਸੀ ਘਿਓ ਬਾਬੂ ਸਿੰਘ ਜੀ ਪ੍ਰਧਾਨ ਡੇਰੀ ਵਾਲੇ ਉਹਨਾਂ ਵੱਲੋਂ ਵੱਡੇ ਮਾਨ ਸਨਮਾਨ ਦਿੱਤੇ ਜਾਣਗੇ ਲਓ ਫਿਰ ਮੈਦਾਨ ਵਿੱਚ ਇਹ ਮੁਕਾਬਲਾ ਆਪਾਂ ਦੇਖਦੇ ਵੀ ਰਾਮ ਸਾਹਿਬ ਸਨੌਲਾ ਵਰਸਜ ਦਿੱਲੀ ਦੀਆਂ ਟੀਮਾਂ ਦੇ ਵਿਚਕਾਰ ਉਧਰਲੇ ਪਾਸੇ ਕਹਿੰਦੇ 1-2 ਦੇ ਨਾਲ ਜਾਣਿਆ ਜਾਂਦਾ ਮੇਰੀ ਵੀਰੋ ਦਿੱਲੀ ਵਾਲਾ ਮੇਰੀ ਵੀਰੋ ਇਸ ਵੇਲੇ ਕਰਦਾ ਹੈ ਟਰਾਈ ਲਓ ਪੁਆਇੰਟ ਜਿਹੜਾ ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਉਧਰਲੇ ਪਾਸੇ ਮੁਕਾਬਲਾ ਸਖ਼ਤ ਔਰ ਨਿੰਮਾ ਪੋਟੀ ਪਰੇ ਵਾਲਾ ਫੈਸਲੇ ਕਰਦਾ ਕਿ ਪੁਆਇੰਟ ਜਿਹੜਾ ਦਿੱਲੀ ਦੀ ਟੀਮ ਦੇ ਹਿੱਸੇ ਚੱਲ ਵੀ ਸ਼ਕੀਨਾ ਪਾ ਵੀ ਕਬੱਡੀ ਧਾਰਾ ਸਰੀਰ ਇਸ ਵੇਲੇ ਨਾਲ ਦਿੱਲੀ ਦੀ ਤਰਫੋਂ ਵੱਧ ਕੇ ਕਬੱਡੀ ਪਾਉਂਦਾ ਅਗਲੇ ਮੁਕਾਬਲੇ ਦੀਆਂ ਦੋਨੋਂ ਟੀਮਾਂ
ਟੀਮਾਂ ਸੇਖਾ ਵਰਸਿਜ ਭਾਈ ਰੂਪਾ ਏ ਟੀਮ ਤੇ ਜੇਠੂ ਕਹਿੰਦੇ ਖਿਡਾਰੀਆਂ ਨੂੰ ਬੇਨਤੀ ਆ ਇਸ ਮੈਚ ਦੇ ਚੱਲਦੇ ਚੱਲਦੇ ਟੀਮ ਜਿਹੜੀ ਗਰਾਊਂਡ ਦੇ ਵਿੱਚ ਆ ਜਾਵੇ ਜੇਠੂ ਕਹਿੰਦੀ ਟੀਮ ਕਿਉਂਕਿ ਪਿਛਲੇ ਮੈਚ ਦੇ ਵਿੱਚੋਂ ਹਲੇ ਇੱਕ ਜਾਂ ਦੋ ਰੇਟਾਂ ਬਾਕੀ ਪਈਆਂ ਇਸ ਕਰਕੇ ਉਹ ਟੀਮਾਂ ਜਿਹੜੀਆਂ ਗਰਾਊਂਡ ਵਿੱਚ ਆ ਜਾਣ ਜੇਠੂ ਕੇ ਤੇ ਕੌਲੋ ਕਹਿੰਦਾ ਮੈਚ ਹਲੇ ਪੈਂਡਿੰਗ ਪਿਆ ਉਹ ਮੈਚ ਅਧੂਰਾ ਹੈ ਸੋ ਜਲਦੀ ਦੇ ਨਾਲ ਜੇਠੂ ਕਹਿੰਦੀ ਟੀਮ ਜਿਹੜੀ ਗਰਾਊਂਡ ਵਿੱਚ ਆ ਲਵੇ ਸੇਖਾ ਵਰਸੋ ਜੀ ਭਾਈ ਰੂਪਾ ਇਹ ਟੀਮ ਚੱਕ ਰਾਮ ਸਿੰਘ ਵਾਲਾ ਵਰਸੋ ਜੀ ਮੌੜ ਨਾਭੇ ਦੀਆਂ ਟੀਮਾਂ ਇਹ ਵੀ ਟੀਮਾਂ ਜਲਦੀ ਖੇਡ ਗਰਾਊਂਡ ਵਿੱਚ ਆ ਜਾਣ ਉਧਰਲੇ ਪਾਸੇ ਫਿਰ ਦੇਖ ਲਿਆ ਵੀ ਪੀਲੇ ਵਾਲੇ ਨੇ ਕੀਤੀ ਸੀ ਕਮਾਲ ਮੇਰੀ ਵੀਰੋ ਭਰੀ ਸੀ ਪਗਲ ਲਾ ਦੇਖ ਲਿਆ ਵੀ ਆ ਗਿਆ ਗੰਨਾ ਕਲਾੜੀ ਦੇ ਵਿੱਚ ਮਾਰ ਤੋਂ ਤਾੜੀਆਂ ਵੀ ਲੱਗ ਗਿਆ ਜੱਫਾ ਧਾਵੀ ਗਿਆ ਡੱਕਿਆ ਚੜ ਗਿਆ ਨਸ਼ੇ ਜੀ ਨੇ ਸਾਰਾ ਕੁਝ ਟੱਕਿਆ ਲੱਗ ਗਿਆ ਜੱਫਾ ਧਾਵੀ ਗਿਆ ਡੱਕਿਆ ਲਾ ਚੋਟੀ ਦਾ ਜੱਫਾ ਪੁਆਇੰਟ ਦਾ ਵਾਧਾ ਕਰਦਾ ਹੋਇਆ ਨੌਜਵਾਨ ਆਪਣੀ ਟੀਮ ਦੇ ਹਿੱਸੇ ਚੱਲ ਵੀ ਸ਼ਕੀਨ ਪਾ ਵੀ ਵੱਡੀ ਫਿਰ ਪੂੰਝਿਆ ਮੱਥੇ ਤੋਂ ਪਸੀਨਾ ਤਾਣ ਦਿੱਤਾ ਸੀਨਾ ਜਾਫੀ ਕਰਦੇ ਨੇ ਸਕੀਮਾਂ ਫੁੱਟ ਫੜਨਾ ਗਿੱਟਾ ਚੱਕਣਾ ਟੰਗੀ ਲਾਉਣੀ ਧੌਲ ਜਮਾਉਣੀ ਹੁਣ ਦੇਖਣਾ ਵੀ ਕਿਹੜੇ ਖਿਡਾਰੀ ਨੇ ਕਿਹੜਾ ਲਗਾ ਮਾਰਨਾ ਇਹ ਤੇ ਸਮਾਂ ਦੱਸੇਗਾ ਫਿਲਹਾਲ ਦੇਖਣਾ ਵੀ ਨੌਜਵਾਨ ਦੀ ਪਾਈ ਹੋਈ ਬਿਸ਼ਕਟ ਵੱਡੀ ਸਾਹਮਣੇ ਚਾਰ ਜਾਫੀਆਂ ਦੇ ਬੋਲਰ ਹੈ ਹਮਲਾ ਔਰ ਆਉਂਦਾ ਧੂੜਾ ਪਰਦਾ ਗੱਭਰੂ ਦੇਖਣਾ ਵੀ ਪੁਆਇੰਟ ਪੀਲੇ ਦੀ ਟੀਮ ਦੇ ਹਿੱਸੇ ਦੇ ਵਿੱਚ ਅੰਕ ਧਾਵੀ ਦਾ ਅੰਕ ਜਿਹੜਾ ਰੇਟਰ ਦੇ ਹਿੱਸੇ ਆ ਚੱਲ ਵੀ ਸ਼ਕੀਨ ਸੇਫ ਗੇਮ ਖੇਡੋ ਮੇਰੀ ਵੀਰ ਸੇਫ ਗੇਮ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੇਫ ਗੇਮ ਖੇਡੋ ਚੱਲ ਵੀ ਗੱਭਰੂ ਪਾ ਵੀ ਕਬੱਡੀ ਅਗਲਾ ਧਾਵਾ ਖੇਡ ਮੈਦਾਨ ਵਿੱਚ ਉਹ ਇੰਨੀ ਕੋਈ ਵੱਡੀ ਗੱਲ ਨਹੀਂ ਹੈ ਤੁਸੀਂ ਆਪਣੀ ਸਾਈਡ ਤੇ ਚੱਲੋ ਯਾਰ ਆਪੋ ਆਪਣੀਆਂ ਸਾਈਡਾਂ ਵੱਲੋਂ ਪਲੀਜ਼ ਰੇਡ ਪਾਓ ਅਗਲੇ ਮੁਕਾਬਲੇ ਦੇ ਲਈ ਜਲਦੀ ਦੇ ਨਾਲ ਸੇਖਾ ਵਰਸੋ ਜੋ ਭਾਈ ਰੂਪਾਏ ਟੀਮ ਚੱਕ ਰਾਮ ਸਿੰਘ ਵਾਲਾ ਵਰਸੋ ਜੋ ਮੌੜ ਨਾਭਾ ਚੰਦਰ ਵਰਸੋ ਜੀ ਲੋਕੋਗੇ ਜੇਠੂਕਿਆਂ ਦੀ ਟੀਮ ਦੀਆਂ ਹਲੇ ਕਬੱਡੀਆਂ ਬਾਕੀ ਪਈਆਂ ਸੋ ਮੇਰੀ ਬੇਨਤੀ ਆ ਵੀ ਆਪੇ ਆਪ ਨੂੰ ਖੇਡ ਗਰਾਊਂਡ ਦੇ ਵੱਲ ਲੈ ਆਉਣ ਜੇਠੂਕਿਆਂ ਦੇ ਖਿਡਾਰੀ ਆ ਗਈ ਟੀਮ ਲਓ ਖੇਡ ਮੈਦਾਨ ਵਿੱਚ ਦੇਖ ਲਓ ਵੀ ਪੁਆਇੰਟ ਜਿਹੜਾ ਦਿੱਲੀ ਦੀ ਟੀਮ ਦੇ ਹਿੱਸੇ ਦੇ ਵੀ ਜੁੜਦਾ ਹੋਇਆ ਕਿ ਆ ਗਏ ਨੇ ਖਿਡਾਰੀ ਯਾਰ ਉਹ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਬਾਡੀਆਂ ਸ਼ਿੰਗਾਰੀਆਂ ਲੱਗੂਗਾ ਗਰਾਊਂਡ ਵਿੱਚ ਜੋਰ ਜੋਟੀ ਅੱਡੀ ਦਾ ਕੌਡੀ ਤੋਂ ਹੀਰਾ ਬਾਂਝੇ ਜੀ ਨੂੰ ਲੱਗਦੇ ਇਸ਼ਕ ਵੱਡੀ ਦਾ ਕੌਡੀ ਤੋਂ ਹੀਰਾ ਬਾਂਝੇ ਜੀ ਨੂੰ ਲੱਗਦੇ ਇਸ਼ਕ ਵੱਡੀ ਦਾ ਉਧਰਲੇ ਪਾਸੇ ਨੌਜਵਾਨ ਪੀਲੇ ਵਾਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਇੱਕ ਅੰਕੜਾ ਹੋਰ ਵਾਧਾ ਕੀਤਾ ਆਪਣੀ ਟੀਮ ਦੇ ਚੱਲ ਵੀ ਸ਼ਕੀਨ ਪਾ ਵੀ ਕਬੱਡੀ ਉਧਰਲੇ ਪਾਸੇ ਹੁਣ ਦੇਖ ਲਵੀ ਰਿੰਕੂ ਸਰਪੰਚ ਉਹਨਾਂ ਦੇ ਪਿੰਡ ਦੇ ਗੱਭਰੂਆਂ ਦੀ ਗੱਲ ਹੈ ਜਿੱਥੇ ਮੇਰੀ ਵੀਰ ਹਰਜੀਤ ਫਰੈਂਡਸ ਕਬੱਡੀ ਅਕੈਡਮੀ ਪੱਤੋ ਹੀਰਾ ਸਿੰਘ ਦੀ ਟੀਮ ਨੂੰ ਸਪਾਂਸਰ ਕਰਦਾ ਸਾਡੇ ਵੀ ਰਿੰਕੂ ਸਰਪੰਚ ਬੀਲੇ ਵਾਲਾ ਉਸੇ ਦੇ ਪੇਂਡੂ ਨੇ ਲਾਜਫਾ ਆਪਣੀ ਟੀਮ ਦੇ ਲਈ ਅੰਕੜਾ ਵਾਧਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੋਈ ਹੈ ਲੱਗਾ ਹੈ ਜੋਰ ਦੋਨੋਂ ਟੀਮਾਂ ਦੇ ਖਿਡਾਰੀਆਂ ਦਾ ਬੱਜੀ ਹੋਈ ਕੈਂਚੀ ਹੰਦੇ ਦੂਰ ਔਰ ਢੋਡੀ ਪੁਰੀਏ ਨਿੰਮੇ ਨੇ ਕੀ ਫੈਸਲਾ ਕਰਨਾ ਇਹ ਤੇ ਸਮਾਂ ਦੱਸੇਗਾ ਫਿਲਹਾਲ ਦੇਖਣਾ ਵੀ ਸੰਘਰਸ਼ ਜਾਰੀ ਆ ਪੁਆਇੰਟ ਜਿਹੜਾ ਜਾਫੀ ਦਾ ਜੇਠੂ ਕਹਿੰਦਾ ਮੋਹਣਾ ਖੇਡ ਗਰਾਊਂਡ ਵਿੱਚ ਪਹੁੰਚੇ ਜੇਠੂ ਕਹਿੰਦਾ ਮੋਹਣਾ ਜਲਦੀ ਖੇਡ ਗਰਾਊਂਡ ਵਿੱਚ ਪਹੁੰਚੇ ਲਓ ਭਾਰਾ ਸ਼ਰੀਰ ਦੇ ਸਿਰ ਨੌਜਵਾਨ ਢਾਬੀ ਦਾ ਥੱਬੇ ਥੱਬੇ ਦਾ ਪੱਟ ਪਾਈ ਹੋਈ ਕਬੱਡੀ ਅੱਜ ਤਾਰਿਆਂ ਦੀ ਸ਼ਾਮੇ ਮੇਰੀ ਵੀ ਦੂਹ ਦੀਆਂ ਰੌਸ਼ਨੀ ਵਿੱਚ ਚੱਲਦੇ ਹੋਏ ਇਹਨਾਂ ਮੁਕਾਬਲਿਆਂ ਦਾ ਆਨੰਦ ਮਾਣਦੇ ਸਾਰੇ ਹੀ ਦਰਸ਼ਕ ਵੀਰਾਂ ਦਾ ਵੱਡਾ ਧੰਨਵਾਦ ਉਧਰ ਵਿਦੇਸ਼ਾਂ ਦੇ ਵਿੱਚ ਬੈਠੇ ਵੀ ਸਾਡੇ ਸਤਿਕਾਰਯੋਗ ਵੀਰ ਅੱਜ ਦੇ ਇਸ ਕਬੱਡੀ ਖੇਡ ਮੇਲੇ ਦਾ ਜਿਹੜਾ ਲਾਈਵ ਟੈਲੀਕਾਸਟ ਦਾ ਆਨੰਦ ਮਾਣਦੇ ਇਹਦੇ ਵਿੱਚੋਂ ਬੀਲੇ ਦੀ ਟੀਮ ਜਿਹੜੀ ਜੇਤੂ ਰਹੀ ਆ ਬੀਲੇ ਦੀ ਟੀਮ ਜੇਤੂ ਰਹੀ ਜੇਠੂ ਕੇ ਔਰ ਕੌਲੋ ਕੇ ਜਿਹੜਾ ਪਿਛਲਾ ਮੈਚ ਹਲੇ ਪੈਂਡਿੰਗ ਹੈ ਜੇਠੂ ਕੇ ਵਰਸੋ ਜੀ ਕੌਲੋ ਕੇ ਮੈਚ ਜਿਹੜਾ ਜਲਦੀ ਸਟਾਰਟ ਕਰਾਉਂਦੀ ਸੇਖਾ ਵਰਸੇ ਚ ਭਾਈ ਰੂਪਾ ਵੀ ਟੀਮਾਂ ਤਿਆਰ ਰਹੇ ਨੇ ਜੇਠੂ ਕਿਆਂ ਦੀ ਟੀਮ ਵੀਰੇ ਜਲਦੀ ਆਓ ਜੇਠੂ ਕੇ ਜੇਠੂ ਕਿਆਂ ਦੇ ਖਿਡਾਰੀ ਜਿਹੜੇ ਜਲਦੀ ਆ ਜਾਣ ਜੇਠੂ ਕਿਆਂ ਦੀ ਟੀਮ ਬੇਲਕਾ ਡੇਰੀ ਵਾਲੇ ਸਾਡੇ ਵੀਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬੂ ਸਿੰਘ ਜੀ ਅਗਲੇ ਸਾਲ ਦੇ ਕਬੱਡੀ ਖੇਡ ਮੇਲੇ ਵਾਸਤੇ ਆਖਦੇ ਆ ਵੀ ਅਗਲੇ ਸਾਲ 42 ਕਿਲੋ ਭਾਰ ਦੇ ਬੈਸਟ ਰੇਡਰ ਨੂੰ 2 ਕਿਲੋ ਘਿਓ ਹੋਵੇਗਾ ਜੇਠੂ ਕਿਆਂ ਦੀ ਟੀਮ ਕੀ ਗੱਲ ਹੈ ਜੀ ਲਾਸਟ ਕਾਲ ਜੇਠੂ ਕਿਆਂ ਦੀ ਟੀਮ ਨੂੰ ਭਾਈ ਰੂਪਾ ਦੇ ਸੇਖਾ ਦੋਨੇ ਟੀਮਾਂ ਆਉਣਾ ਜੀ
आ रही है जिठू की टीम भाई रूपा सेखा रिक्वेस्ट है साड़ी जेठू के खिलाड़ियों प्लीज वो जल्दी खेल ग्राउंड में रिपोर्ट कर जेठू की टीम जल्दी के नाल खेल ग्राउंड में रिपोर्ट करे जेठू के हां जी सरजीत पंप संघीड़ा वालों थर्ड टीम नूं 1000 रुपया सैकंड नूं 700 रुपया वो सानूं पहुंचा करके है जी फर्स्ट आओ सा 1000 लै जो जी सैकंड आओ 700 लै जो कबड्डी ओपन जल्दी दे नाल जेठूगा दी टीम नूं लास्ट कॉल है नहीं तो प्रबंधक आखदे सी टीम कर देनी आ हैलो अगली टीम बोली जाए वीर टीमों बुलाई चलो नाल बाकी जे कोई टीम लेट होंगी दो मिनट टाइम दे के उन्हें कट दियो आप कोई वेट नहीं करनी इस मैच दिया कुछ कटौतियां बाकी सी मैच उतो ही शुरू होगा इस अगले मुकाबले की टीम सेखा वर्सेज भाई रूपा यह भी टीम तैयारी फल मेरी वीर लाओ खेल मैदान इसलिए जेठू का गभरू होना कबड्डी पाता हो खेल मैदान उधले पासे टीम जाफलैंड जा खड़ोता मेरी वीर कौलोकों वाला अज कहते जाफलैंड सोनी की कमी महसूस होंगी तेज की कमी महसूस होंगी आ तारी की कमी महसूस होंगी पर फिर भी इन्होंने खिलाड़ियों ने कहते मेरी वीर घाटा पूरा करने की कोशिश की आफी का अगली रेल खेल मैदान हैलो गुरप्रीत कीड़े मार दवाई वाला वो गड्डी को पहुंच जे हीरा डीक गुरप्रीत कीड़े मार दवाई वाला सार्जेंट फिलिंग स्टेशन एक हजार रुपया जरा अज की जेतू टीम के लिए होगा जी फाइनल जीतेगी सार्जेंट फिलिंग स्टेशन वालों मेरी वीरो अज एक हजार रुपया जेतू टीम के लिए बड़ा मान सम्मान होगा लाओ खेल मैदान देखना भी इसलिए बल के कबड्डी पाता है नौजवान सामने मैं देखना भी कि खिलाड़ी हूं लगता इधरले पास पाई हुई कबड्डी कहते जेठू कहते गभरू की है सेखा वर्सेज भाई रूपा ए टीम चक राम सिंह वाला वर्सेज मौड़ नाभा चंदन वर्सेज लोको के भगता भाई वर्सेज मानू के गिल फूले वाली वर्सेज पधाउण दी टीमां ने खेलना उधरले पास पॉइंट जरा धावी का अंक रिट रहे हिस्से जेठू की टीम जेतू कर लगी हूं फिर जेठू के जेतू आ ठीक है ठीक है ठीक है सेखा वर्सेज भाई रूपा ए दोनों टीम जल्दी खेल ग्राउंड आ जाने सेखा भाई रूपा ए चक राम सिंह वाला वर्सेज मौड़ नाभा चंदन वर्सेज लोको के भगता भाई वर्सेज मानू के गिल नाल ही मेरी वीरो फूले वाली वर्षों तो पधौर यह भी टीम अपने आप तैयार करके खेल ग्राउंड वाल आ जाए जल्दी के नाल यह मुकाबला हुण जिहड़ा शुरू होने जा रहा है भाई रूपा वर्षों सेखे दी टीमों के विचकार है बहुत ही वधिया मुकाबला दोनों टीमों के विचकार अज आप देख रहे जंगियाने दी खेड ग्राउंडां विच जिते भाई रूपा वर्सेज सेखे का बड़ा टॉप का मुकाबला मैं देखना भी देर रात तक दर्शक वीर जिहड़े अज दे इस खेड ग्राउंड दे नाल जुड़े हुए है अज दे इन मैचां दा आनंद माणदे सारे ही दर्शक वीरां दा बड़ा धन्नवाद ऑफिशियल्स नूं मेरी बेनती भी जल्दी जिहड़ा आपां मैच स्टार्ट कराईए भाई रूपा वर्सेज सेखे दी टीमां दा इह मुकाबला शुरू होण जा रिहा हैलो गोगी भलौर तों रघवीरा मित्र डीकी जांदा ओह गड्डी कोले पहुंच जाए गोगी भलौर तों
ਪਾਈ ਰੂਪੇ ਦੀ ਟੀਮ ਜਿਹੜੀ ਚਲੀ ਗਈ ਆ ਉਧਰ ਵਾਟਰਬਾਕਸ ਵਾਲੀ ਸਾਈਡ ਉਧਰਲੇ ਪਾਸੇ ਸੇਖੇ ਦੀ ਟੀਮ ਜਿਹੜੀ ਚਲੀ ਗਈ ਖੇਤਾਂ ਵਾਲੀ ਸਾਈਡ ਪਹਿਲੀ ਕਬੱਡੀ ਜਿਹੜੀ ਮੈਂ ਦੇਖਣਾ ਵੀ ਖੇਡ ਮੈਦਾਨ ਵਿੱਚ ਸੇਖੇ ਦੀ ਧਰਤੀ ਦਾ ਗੱਭਰੂ ਪਾਉਂਦਾ ਕੇਸਾ ਧਾਰੀ ਗੱਭਰੂ ਹੈ ਉਧਰ ਪਾਈ ਹੋਈ ਕਬੱਡੀ ਕਿ ਕੱਛ ਕੰਘਾ ਕੇਸ ਕਿਰਪਾਨ ਖੜਾ ਲੱਖਾਂ ਦੀ ਗਿਣਤੀ ਵਿੱਚ ਜਾਊ ਪਛਾਣੇ ਇੱਕ ਸਿੰਘ ਸਰਦਾਰ ਖੜਾ ਕੱਛ ਕੰਘਾ ਕੇਸ ਕਿਰਪਾਨ ਖੜਾ ਕਾਂਤੀ ਉਰੇ ਮੇਰੇ ਕੋਲ ਮਿਲਣੀ ਆ ਕੇ ਲਓ ਫਿਰ ਮੈਦਾਨ ਵਿੱਚ ਕਹਿੰਦੇ ਕੰਤਾ ਭਾਈ ਰੂਪੇ ਪਿੰਡਾ ਮੇਰੀ ਵੀਰੋ ਬਹੁਤ ਸੋਹਣੀ ਕੀਤੀ ਹੋਈ ਕੋਸ਼ਿਸ਼ ਬੱਜੀ ਹੋਈ ਕੈਂਚੀ ਆ ਲਓ ਲੱਗਾ ਹੋਇਆ ਜ਼ੋਰ ਗੱਭਰੂਆਂ ਦਾ ਪੁਆਇੰਟ ਜਿਹੜਾ ਜਾਫੀ ਦੇ ਉਸੇ ਅੰਕ ਕੰਤਾ ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਗਿੱਲ ਨਾਮ ਹੈ ਸਧਾਵੀ ਦਾ ਮੇਰੀ ਵੀਰੇ ਸਤਵਿੰਦਰ ਗਿੱਲ ਜੰਡਾ ਵਾਲਾ ਵਿਜੂ ਦੀ ਧਰਤੀ ਦਾ ਪ੍ਰਸਿੱਧ ਹੈ ਆਹ ਗਿੱਲ ਮੈਂ ਦੇਖਣਾ ਵੀ ਭਾਈ ਰੂਪੇ ਵਾਲਾ ਵੱਧ ਕੇ ਕਬੱਡੀ ਪਾਉਂਦਾ ਘੋੜੇ ਦੀ ਖੇਡ ਦੇ ਵਾਰਸਾਂ ਦੀ ਗੱਲ ਅੱਜ ਰਾਜੂ ਭਾਈ ਰੂਪੇ ਨਾਲ ਕਹਿੰਦੇ ਪ੍ਰਸਿੱਧ ਹੋਇਆ ਪਾਲਾ ਭਾਈ ਰੂਪੇ ਵਾਲਾ ਪ੍ਰਸਿੱਧ ਖਿਡਾਰੀ ਮੇਰੀ ਵੀਰੋ ਅੱਜ ਕੈਨੇਡਾ ਦੀ ਯਾਦ ਕਹਿੰਦੇ ਪਾਲਾ ਭਾਈ ਰੂਪੇ ਵਾਲਾ ਜਿੱਥੇ ਰਾਜੂ ਹੋਣੀ ਜਿੱਥੇ ਘੋੜੇ ਉਹਨਾਂ ਨੇ ਬਹੁਤ ਤਕੜੀ ਕਬੱਡੀ ਖੇਡੀ ਆ ਸ਼ੀਰੇ ਵਰਗੇ ਕਹਿੰਦੇ ਆ ਸ਼ੀਰਾ ਇੰਗਲੈਂਡ ਦੀਆਂ ਕੈਨੇਡਾ ਦੀਆਂ ਖੇਡ ਗਰਾਊਂਡਾਂ ਵਿੱਚ ਤਕੜਾ ਖੇਡਿਆ ਹਲਕਾ ਦੇਖਣਾ ਵੀ ਸੱਤ ਮਹਿਸੂਸ ਕਰਦਾ ਨੌਜਵਾਨ ਔਰ ਪੁਆਇੰਟ ਜਿਹੜੇ ਜਾਫੀ ਦੇ ਸੀ ਸ਼ੀਰਾ ਇਸ ਵੇਲੇ ਭਾਈ ਰੂਪੇ ਵਾਲਾ ਅੰਕ ਆਪਣੀ ਟੀਮ ਦੇ ਖਾਤੇ ਜੋੜਦਾ ਚੱਲ ਵੀ ਗੁਰਪ੍ਰੀਤ ਸਾਹਿਬ ਪਾ ਵੀ ਕਬੱਡੀ ਖੇਡ ਮੈਦਾਨ ਵਿੱਚ ਕਹਿੰਦੇ ਵੀ ਗੁਰਪ੍ਰੀਤ ਸਿੰਘ ਮੋਟਾ ਨਾਂ ਸੁਧਾਵੀ ਦਾ ਵੱਧ ਕਬੱਡੀ ਪਾਉਂਦਾ ਹੈ ਭਾਈ ਰੂਪੇ ਦੀ ਤਰਫੋਂ ਖੇਡ ਮੈਦਾਨ ਵਿੱਚ ਕਹਿੰਦੇ ਵੀ ਦੁੱਲੇ ਵਾਲੀਆ ਗੱਭਰੂ ਵੱਧ ਕੇ ਕਬੱਡੀ ਪਾਉਂਦਾ ਹੋਇਆ ਜਿਸ ਪਿੰਡ ਦੇ ਅਮਣੇ ਨੇ ਕਹਿੰਦੇ ਵੀ ਕਬੱਡੀ ਯਾਦ ਨਹੀਂ ਕਿ ਮੇਰੀ ਵੀਰੋ ਵੱਡਾ ਨਾਂ ਖੱਟਿਆ ਉਸੇ ਪਿੰਡ ਦੀ ਧਰਤੀ ਦਾ ਕਹਿੰਦੇ ਵੀ ਆ ਨੌਜਵਾਨ ਗੁਰਪ੍ਰੀਤ ਮੋਟਾ ਭਾਈ ਰੂਪੇ ਪਿੰਡ ਦੇ ਲਈ ਕਹਿੰਦੇ ਪੱਕੇ ਤੌਰ ਤੇ ਕਬੱਡੀ ਖੇਡਦਾ ਅੰਕ ਆਪਣੀ ਟੀਮ ਦੇ ਉਸੇ ਜੋੜਦਾ ਹੋਇਆ ਚੱਲ ਵੀ ਯਕੀਨ ਪਾ ਵੀ ਕਬੱਡੀ ਫਿਰ ਖੇਡ ਮੈਦਾਨ ਵਿੱਚ ਗੱਭਰੂ ਵਧਿਆ ਚੱਕ ਰਾਮ ਸਿੰਘ ਵਾਲਾ ਵਰਸੇ ਦੀ ਮਾਉਣ ਦਾਬੇ ਦੀਆਂ ਟੀਮਾਂ ਦਾ ਬਹੁਤ ਹੀ ਤਕੜਾ ਮੁਕਾਬਲਾ ਖੇਡਿਆ ਜਾਣਾ ਦੋਨੋਂ ਟੀਮਾਂ ਵੀਰੇ ਜਲਦੀ ਵਾਰ ਵਾਪ ਹੋ ਕੇ ਖੇਡ ਗਰਾਊਂਡ ਵਿੱਚ ਰਿਪੋਰਟ ਕਰਨਗੀਆਂ ਚੱਕ ਰਾਮ ਸਿੰਘ ਵਾਲਾ ਵਰਸੇ ਦੀ ਮੌੜ ਦਾਬਾ ਚੱਕਾਂ ਦੀ ਟੀਮ ਜਿਹੜੀ ਪਹੁੰਚ ਚੁੱਕੀ ਮੌੜ ਦਾਬੇ ਦੇ ਖਿਡਾਰੀਆਂ ਨੂੰ ਬੇਨਤੀ ਵੀ ਵਾਰ ਵਾਪ ਹੋ ਜਾਣ ਔਰ ਨਾਲ ਹੀ ਮੇਰੀ ਵੀਰੇ ਚੰਦਨ ਵਰਸੇ ਦੀ ਮੈਚ ਜਿਹੜਾ ਲੋਕੋਕੇ ਦੀਆਂ ਟੀਮਾਂ ਦਾ ਭਗਤਾ ਭਾਈ ਵਰਸੇ ਜਮਾਨੂ ਕੇ ਗਿੱਲ ਨੇ ਖੇਡਣਾ ਇਸ ਵੇਲੇ ਦੇਖਣਾ ਵੀ ਲੱਖਾਂ ਸਥਾਨਾਵਾਂ ਵਾਲਾ ਕਹਿੰਦੇ ਅੱਜ ਪੁੱਤ ਬਾਣੇ ਖੇਡਦਾ ਭਾਈ ਰੂਪੇ ਦਾ ਕਹਿੰਦੇ ਜਿਉਣ ਵਾਲੇ ਦੇ ਕਬੱਡੀ ਖੇਡ ਮੇਲੇ ਤੇ ਮੇਰੀ ਵੀਰੋ ਮਾੜੀ ਦੇ ਸ਼ਿਕੰਦਰ ਨੂੰ ਇੱਕ ਜਫਾ ਲਾ ਕੇ ਸਨਾਵਾਂ ਵਾਲੇ ਲੱਖੇ ਨੇ ਡਿਸਕਵਰ ਮੋਟਰਸਾਈਕਲ ਜਿੱਤਿਆ ਸੀ ਲਓ ਇਸ ਵੇਲੇ ਦੀਪੇ ਦੀ ਕਬੱਡੀ ਭਾਈ ਰੂਪੇ ਵਾਲੇ ਦੀਪੇ ਦੀ ਕਬੱਡੀ ਉਹ ਮੱਖਣ ਆਪਣਾ ਫੈਕਟਰੀ ਚ ਕੰਮ ਕਰਦਾ ਸਲਾਫਰਿਆਲਾ ਭਾਈ ਰੂਪੇ ਦੀ ਟੀਮ ਜੇਤੂ ਕਰੇਗੀ ਇਸ ਮੈਚ ਵਿੱਚ ਭਾਈ ਰੂਪਾ ਜੇਤੂ ਆ ਭਾਈ ਰੂਪੇ ਦੀ ਟੀਮ ਇਸ ਮੁਕਾਬਲੇ ਵਿੱਚ ਜੇਤੂ ਰਹੀ ਹੈ ਚੱਕ ਰਾਮ ਸਿੰਘ ਵਾਲਾ ਵਰਸੇ ਜਮੌੜ ਦਾਬੇ ਦਾ ਬਹੁਤ ਹੀ ਤਕੜਾ ਮੈਚ ਦਰਸ਼ਕ ਜੋ ਤੁਸੀਂ ਦੇਖਣ ਜਾ ਰਹੇ ਹੋ ਅੱਜ ਦੇ ਇਸ 11ਵੇਂ ਸ਼ਾਨਦਾਰ ਕਬੱਡੀ ਖੇਡ ਮੇਲੇ ਦਾ ਇਤਿਹਾਸ ਦੇ ਪੰਨੇ ਤੇ ਦਰਜ ਹੋਣ ਵਾਲਾ ਮੈਚ ਜਿਹੜਾ ਤੁਸੀਂ ਦੇਖਣ ਜਾ ਰਹੇ ਹੋ ਦੋਨੋਂ ਟੀਮਾਂ ਜਿਹੜੀਆਂ ਸਟਾਰ ਖਿਡਾਰੀਆਂ ਨਾਲ ਲੈਸ ਆ ਇੱਕ ਪਾਸੇ ਬੈਦ ਮੌੜ ਨਾਭੇ ਦੀ ਗੱਲ ਕਰੀਏ ਤੇ ਮੇਰੀ ਵੀਰੋ ਕੈਨੇਡਾ ਦੀਆਂ ਖੇਡ ਗਰਾਊਂਡਾਂ ਵਿੱਚ ਤਕੜਾ ਖੇਡਿਆ ਜਿੱਥੇ ਬਾਲਿਆਂਵਾਲੀ ਦੇ ਕਬੱਡੀ ਕੱਪ ਦੇ ਅਸਲ ਨਾਜ਼ਮ ਨੂੰ ਸੋਨੇ ਦੀ ਚੇਨ ਦੇ ਨਾਲ ਵੱਡੇ ਮਾਨ ਸਨਮਾਨ ਦਿੱਤੇ ਗਏ ਸਨ ਜਿੱਥੇ ਕਹਿੰਦੇ ਸ਼ੀਰੇ ਬਾਲਿਆਂਵਾਲੀ ਨੂੰ ਬੁਲਟ ਮੋਟਰਸਾਈਕਲ ਦੇ ਨਾਲ ਬਾਲਿਆਂਵਾਲੀ ਦੇ ਕਬੱਡੀ ਕੱਪ ਦੇ ਮੇਰੀ ਵੀਰੋ ਵੱਡੇ ਮਾਨ ਉੱਥੇ ਕਹਿੰਦੇ ਬੈਦ ਮੌੜ ਨਾਭੇ ਵਾਲੇ ਨੂੰ ਵੱਡੇ ਮਾਨ ਦਿੱਤੇ ਇਧਰਲੇ ਪਾਸੇ ਕਹਿੰਦੇ ਦੁਨੀਆਂ ਦਾ ਸਟਾਰ ਖਿਡਾਰੀ ਪੁੱਜਿਆ ਮੇਰੀ ਵੀਰੋ ਕਹਿੰਦੇ ਕਬੱਡੀ ਦੇ ਫਲੱਦ ਦੇ ਤੌਰ ਤੇ ਜਾਣਿਆ ਜਾਂਦਾ ਸੈਦੋ ਕਹਿੰਦਾ ਬਲਜੀਤ ਆਪਣੇ ਵਿਚਕਾਰ ਪੁੱਜਿਆ ਜੀਆਂ ਨੂੰ ਆਖਦੇ ਆ ਕਹਿੰਦੇ ਵੀ ਇਹਨੂੰ ਜੇ ਪੁੱਛੀਏ ਤੇ ਵੀ ਕਬੱਡੀ ਕਹਿੰਦਾ ਮੈਂ ਦਰਸ਼ਕਾਂ ਦੇ ਲਈ ਖੇਡਦਾ ਦਰਸ਼ਕਾਂ ਨੂੰ ਖੁਸ਼ ਰੱਖਣ ਦੇ ਲਈ ਕਬੱਡੀ ਖੇਡਦਾ ਮੈਨੂੰ ਜਿੱਤ ਹਾਰ ਦਾ ਕੋਈ ਮਤਲਬ ਨਹੀਂ ਪਰ ਕਹਿੰਦਾ ਮੇਰੀ ਖੇਡ ਤੇ ਦਰਸ਼ਕ ਖੁਸ਼ ਹੋਣੇ ਚਾਹੀਦੇ ਆ ਕਹਿੰਦਾ ਮੈਂ ਦਰਸ਼ਕਾਂ ਦੇ ਲਈ ਕਬੱਡੀ ਖੇਡਦਾ ਮੈਂ ਇਹ ਗੱਲ ਸਰਾਵਾਂ ਦੇ ਕਬੱਡੀ ਖੇਡ ਮੇਲੇ ਦੀ ਵੀ ਸਾਂਝੀ ਕੀਤੀ ਸੀ ਕਿ ਸੈਦੋ ਕਹਿੰਦਾ ਬਲਜੀਤ ਪੱਕੇ ਤੌਰ ਤੇ ਕੈਨੇਡਾ ਦਾ ਵਸਨੀਕ ਹੈ ਪ੍ਰਮਾਤਮਾ ਨੇ ਕੋਈ ਟੋਟ ਨਹੀਂ ਰੱਖੀ ਕਹਿੰਦੇ ਵੀ ਇਸ ਖਿਡਾਰੀ ਦੇ ਲਈ ਮੇਰੀ ਵੀਰੋ ਪ੍ਰਮਾਤਮਾ ਦਾ ਵੱਡਾ ਹੱਥ ਹੈ ਇਸ ਨੌਜਵਾਨ ਦੇ ਉੱਪਰ ਜਲਦੀ ਦੇ ਨਾਲ ਅਗਲੇ ਮੁਕਾਬਲੇ ਦੀਆਂ ਟੀਮਾਂ ਚੰਦਨ ਵਰਸੇ ਜੀ ਲੋਕੋ ਕੇ ਦੀਆਂ ਟੀਮਾਂ ਜਿਹੜੀ ਗਰਾਊਂਡ ਦੇ ਵੱਲ ਆ ਜਾਣ ਨਾਲ ਹੀ ਮੇਰੀ ਵੀਰੋ ਭਗਤਾ ਭਾਈ ਤੇ ਮਾਨੂ ਕੇ ਗਿੱਲ ਨਾਲ ਹੀ ਮੇਰੀ ਵੀਰੋ ਫੁੱਲੇ ਵਾਲੀ ਵਰਸੇ ਜੀ ਭਦੌੜ ਨੂੰ ਸੁਪਰੇ ਗਰਾਊਂਡ ਵਿੱਚ ਦਿਓ ਜੀ ਨੂੰ ਸੁਪਰੇ ਖੇਡ ਗਰਾਊਂਡ ਵਿੱਚ ਦਿਓ ਹੈਲੋ ਆ ਪਿੰਡਾ ਮੈਨੂੰ ਮਿਲਾ ਕੇ ਮਿਲੇ ਯਾਰ ਪਿੰਡਾ ਲਓ ਬਹੁਤ ਤਕੜਾ ਮੈਚ ਦੋਨੋਂ ਟੀਮਾਂ ਦੇ ਵਿਚਕਾਰ ਹੁਣ ਆਪਾਂ ਦੇਖਣ ਜਾ ਰਹੇ ਹਾਂ
ਇੱਕ ਪਾਸੇ ਮੁੰਨਾ ਕਹਿੰਦੇ ਵੀ ਜਿਹੜੇ ਗੁਰਦਾਰਿਆਂ ਦੇ ਕਬੱਡੀ ਖੇਡ ਮੇਲੇ ਦਾ ਨੁਕਰੇ ਘੋੜੇ ਦਾ ਜੇਤੂ ਆ, ਚੱਕਾ ਵਾਲਾ ਹਰਪ੍ਰੀਤ ਕਹਿੰਦੇ ਵੀ ਜਿੱਥੇ ਚੱਕਾ ਵਾਲਾ ਬੱਬੂ ਤੇ ਮੇਰੀ ਵੀ ਇੱਧਰ ਆਪਾਂ ਦੇਖਦੇ ਵੀ ਪੰਜਾਬੀ ਓੜੀ ਸ਼ੀਰਾ ਵਾਲਿਆਂ ਵਾਲੀ ਦਾ ਜੇ ਚੱਕ ਰਾਮ ਸਿੰਘ ਵਾਲੀ ਦੀ ਟੀਮ ਦੇ ਲਈ ਖੇਡੇਗਾ, ਚੱਕ ਰਾਮ ਸਿੰਘ ਵਾਲੀ ਦੀ ਟੀਮ ਜਿਹੜੀ ਵਾਟਰ ਬਾਕਸ ਵਾਲੀ ਸਾਈਡ ਆ, ਔਰ ਇਧਰਲੇ ਪਾਸੇ ਮੌੜ ਨਾਭੇ ਦੀ ਟੀਮ ਮੇਰੀ ਵੀਰੋ ਚਲੀ ਗਈ ਆ ਖੇਤਾਂ ਵਾਲੀ ਸਾਈਡ। ਆਪਾਂ ਦੇਖਦੇ ਵੀ ਹੁਣ ਪਹਿਲੀ ਕਬੱਡੀ ਕਿਹਦੀ ਝੋਲੀ ਦੇ ਵਿੱਚ ਆਉਣੀ ਆ, ਜ਼ੋਰਦਾਰ ਤਾੜੀ ਮਾਰਦੇ ਉਸ ਮੈਚ ਦੇ ਲਈ ਦਰਸ਼ਕ ਲੋਕਾਂ ਦੇ ਬਹੁਤ ਤਕੜਾ ਮੁਕਾਬਲਾ ਖੇਡਿਆ ਜਾਣਾ ਦੋਨੋਂ ਟੀਮਾਂ ਦੇ ਵਿਚਕਾਰ। ਆਹ ਦੇਖਦੇ ਵੀ ਇਸ ਵੇਲੇ ਪਹਿਲੀ ਕਬੱਡੀ ਕਹਿੰਦੇ ਵੀ ਨਾਗਡਨ ਪੰਜਾਬੀ ਪਾਉਣ ਦੇ ਲਈ ਵਾਧਾ ਹੋਇਆ ਕਿ ਜੋ ਤੀਰ ਨਿਸ਼ਾਨੋ ਖੁਦ ਜੇ ਕਾਹਦਾ ਉਹ ਹਥਿਆਰ, ਜਿੱਤ ਹਮੇਸ਼ਾ ਉਸਦੀ ਜਿਹੜਾ ਪਹਿਲਾ ਕਰਜੇ ਬਾਹਰ, ਜਿੱਤ ਹਮੇਸ਼ਾ ਉਸਦੀ ਜਿਹੜਾ ਪਹਿਲਾ ਕਰਜੇ ਬਾਹਰ। ਕਹਿੰਦੇ ਉੱਧਰ ਇੱਕ ਪਾਸੇ ਆਪਾਂ ਦੇਖਦੇ ਵੀ ਪੈਦ ਮੌੜ ਨਾਭੇ ਦੀ ਧਰਤੀ ਦਾ ਨਾਲ ਆਤਮਾ ਦਾਲੇ ਦੀ ਧਰਤੀ ਦਾ ਮੇਰੀ ਵੀਰੋ, ਇੱਧਰ ਪਾਈ ਹੋਈ ਕਬੱਡੀ ਕਹਿੰਦੇ ਬਠਿੰਡੇ ਵਾਲੇ ਨਾਗਡਨ, ਨਾ ਦੇਖਣੇ ਵੀ ਪੰਜਾਬੀ ਚੱਕਾ ਵਾਲੀ ਦੀ ਹੈ, ਨਾ ਦੇਖਣੇ ਵੀ ਆਉਂਦਾ ਧੂਣਾ ਭਰਦਾ ਆਉਣੇ ਰਿਸਾ ਆਤਮਾ ਡਾਲੇ ਵਾਲਾ, ਜਿੱਥੇ ਕਹਿੰਦੇ ਵੀ ਨਾਗਡਨ ਪੰਜਾਬੀ ਮੇਰੀ ਵੀਰੋ। ਇੱਧਰ ਹਰਦੀਪ ਸਿੰਘ ਢਿੱਲੋਂ ਦੀ ਟੀਮ ਦੇ ਲਈ ਖੇਡਦਾ, ਨਾ ਦੇਖਣੇ ਵੀ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਆ। ਬਲਜੀਤ ਜਿੰਨੇ ਵੀ ਜਫੇ ਲਾਵੇਗਾ ਮੇਰੀ ਵੀਰੋ, ਮਧੇ ਵਾਲੇ ਸੁਲਤਾਨ ਸਾਹਿਬ ਆਖਦੇ ਵੀ ਉਹਨੇ 100 ਦੇ ਨੋਟ ਹੋਣਗੇ, ਸਾਡੇ ਕੋਲ ਬਲਜੀਤ ਜਿੰਨੇ ਵੀ ਜਫੇ ਲਾਵੇਗਾ। ਉਧਰਲੇ ਪਾਸੇ ਦੇਖਣਾ ਵੀ ਮੁੰਨਾ, ਨਾਲ ਦੇਖਣਾ ਵੀ ਆਹ ਮੇਰੀ ਵੀਰੋ ਬੱਬੂ ਨੇ ਟਰਾਈ ਕੀਤੀ ਆ, ਪਰ ਪੁਆਇੰਟ ਜਿਹੜਾ ਢਾਵੀ ਦਾ ਅੰਕ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ, ਜੀਤਾ ਲੰਬੜਦਾਰ ਅੰਕ ਆਪਣੀ ਟੀਮ ਦੇ ਖਾਤੇ ਲਈ ਜੋੜਦਾ ਹੋਇਆ। ਤਾਂ ਉਹ ਦੇਖਣਾ ਵੀ ਬਹੁਤ ਤਕੜਾ ਮੁਕਾਬਲਾ। ਮੈਂ ਪਹਿਲਾਂ ਵੀ ਕਿਹਾ ਸੀ ਅੱਜ ਦਾ ਇਹ ਮੈਚ ਇਤਿਹਾਸ ਦੇ ਪੰਨਿਆਂ ਤੇ ਦਰਜ ਹੋਵੇਗਾ ਮੇਰੀ ਵੀਰੋ, ਕਿਉਂਕਿ ਕਬੱਡੀ ਇਤਿਹਾਸ ਦੇ ਵਿੱਚ ਇਸ ਮੈਚ ਦੀਆਂ ਗੱਲਾਂ ਹੋਣਗੀਆਂ। ਬਾਲਿਆ ਵਾਲੀ ਕਹਿੰਦੇ ਵੀ ਨਾਗਡਨ ਸ਼ੀਰਾ ਕਬੱਡੀ ਪਾਉਣਾ ਹੋਇਆ, ਮਦਨ ਲਾਲ ਦਰਵਿੰਡੀ ਦਾ ਝੰਡਾ ਹੋਇਆ ਖਿਡਾਰੀ ਆ, ਡੀਵੀ ਕਾਲਜ ਮਾਲਵਾ ਬਠਿੰਡੇ ਦੇ ਲਈ ਲੰਮਾ ਸਮਾਂ ਕਬੱਡੀ ਖੇਡੀ, ਆਹ ਖਿਡਾਰੀ ਨੇ ਕੈਨੇਡਾ ਦੀਆਂ ਗਰਾਊਂਡਾਂ ਦੇ ਵਿੱਚ ਵੀ ਤਕੜਾ ਖੇਡਦਾ। ਤਾਂ ਉਧਰਲੇ ਪਾਸੇ ਪੈਰ ਮਾਰ ਨਾਭੇ ਦੀ ਧਰਤੀ ਦਾ ਫੜ ਖੁੱਚ ਇਸ ਵੇਲੇ ਮਾਰੀ ਹੋਈ ਖਿੱਚ ਵੱਜੀ ਹੋਈ ਕੈਂਚੀ ਆ, ਇੱਕ ਪਾਸੇ ਮਾਰ ਨਾਭੇ ਵਾਲਾ ਕਿ ਬੈਦਾ ਮੇਰੀ ਬਾਂਹ ਛੱਡ ਦੇ ਤੈਨੂੰ ਰੋਕ ਦੀ ਰਮਜ ਦਾ ਕੋਈ, ਕਿ ਬੈਦਾ ਮੇਰੀ ਬਾਂਹ ਛੱਡ ਦੇ ਤੈਨੂੰ ਰੋਕ ਦੀ ਰਮਜ ਦਾ ਕੋਈ। ਬੈਦ ਮਾਰ ਨਾਭੇ ਵਾਲੇ ਨੇ ਲਾਜਫਾ ਆਪਣੀ ਟੀਮ ਦੇ ਲਈ ਅੰਕ ਦਾ ਵਾਧਾ ਕੀਤਾ। ਨਿੰਮੇ ਦੀ ਕਬੱਡੀ ਮੇਰੀ ਵੀਰੋ ਖੇਡ ਮੈਦਾਨ ਵਿੱਚ ਕਿ ਨਿਰਮਲ ਸਿੰਘ ਪੂਰਾ ਨਾਮ ਜੱਟ ਦਾ ਹੱਥ ਲਾ ਕੇ ਪਾਣੀ ਵੱਲ ਜਾਂਦਾ ਧੂੜਾ ਭਰਦਾ, ਨਿਰਮਲ ਸਿੰਘ ਪੂਰਾ ਨਾਮ ਜੱਟ ਦਾ ਖੇਡ ਮੈਦਾਨ ਵਿੱਚ ਦੇਖਣਾ ਵੀ ਇੱਕ ਪਾਸੇ ਨਾਗਡਨ ਕਬੱਡੀ ਪਾਉਣਾ ਹੋਇਆ, ਉਧਰਲੇ ਪਾਸੇ ਕਹਿੰਦੇ ਵੀ ਉੱਖੜਦੇ ਪੈਰ ਨਾਗਡਨ, ਇੱਕ ਪਾਸੇ ਬੱਬੂ ਨੇ ਟਰਾਈ ਕੀਤੀ ਆ, ਮਾਰ ਦੋ ਤਾੜੀਆਂ ਮੇਰੀ ਵੀਰੋ ਚੱਕਾ ਵਾਲਾ ਬਹੁਤ ਸੋਹਣੀ ਟਰਾਈ ਹੈ, ਲਓ ਦੇਖਣਾ ਵੀ ਤੁੰਨ ਕੇ ਜੱਫਾ ਲਾਇਆ ਅੰਕ ਜਾਫੀ ਦਾ, ਅੰਕ ਮੇਰੀ ਵੀਰੋ ਨਾਗਡਨ ਚੱਕ ਰਾਮ ਸਿੰਘ ਵਾਲੇ ਬੱਬੂ ਦਾ। ਚੱਲ ਵੀ ਸ਼ਕੀਨ ਪਾ ਵੀ ਕਬੱਡੀ ਖੇਡ ਮੈਦਾਨ ਵਿੱਚ ਪੰਜਾਬੀ ਅਗਲੀ ਕਬੱਡੀ ਵਾਧਾ ਹੋਇਆ। ਹੁਣ ਦੇਖਦੇ ਵੀ ਕਿਹੜਾ ਖਿਡਾਰੀ ਮੇਰੀ ਵੀਰੋ ਆਪਣੀ ਟੀਮ ਦੇ ਲਈ ਬਰਾਬਰ ਦਾ ਜੱਫਾ ਲਾ ਕੇ ਲੱਖਾਂ ਦੇ ਪੁਆਇੰਟ ਦਾ ਵਾਧਾ ਕਰਦਾ, ਇਹਦੇ ਸਮਾਂ ਦੱਸੇਗਾ। ਉਧਰਲੇ ਪਾਸੇ ਪਾਈ ਹੋਈ ਕਬੱਡੀ ਕਹਿੰਦੇ ਪੰਜਾਬੀ ਦੀ ਹੈ, ਉਧਰ ਦੇਖਣਾ ਵੀ ਨਾਗਡਨ ਨੇ ਰੱਖਿਆ ਧਾਉਣ ਉੱਤੇ ਹੱਥ, ਇਸ ਵੇਲੇ ਪੂਰੀ ਟਰਾਈ ਕਰਦਾ ਪਰ ਪੁਆਇੰਟ ਪੰਜਾਬੀ ਦੇ ਹਿੱਸੇ। ਕਹਿੰਦੇ ਵੀ ਹਰਦੀਪ ਢਿੱਲੋਂ ਦੀ ਟੀਮ ਦੇ ਲਈ ਖੇਡਦਾ, ਸ਼ਨੀ ਢਿੱਲੋਂ ਦੀ ਟੀਮ ਦੇ ਲਈ ਕਬੱਡੀ ਖੇਡਦਾ ਮੇਰੀ ਵੀਰੋ, ਇਹ ਨਾਗਡਨ ਕਹਿੰਦੇ ਵੀ ਅੰਕ ਆਪਣੀ ਟੀਮ ਦੇ ਲਈ ਜੋੜਦਾ, ਨਿਊ ਦੀਪ ਕਬੱਡੀ ਅਕੈਡਮੀ ਦੇ ਲਈ ਖੇਡਦੇ ਨੇ। ਸੈਂਸੋ ਕਹਿੰਦਾ ਬਲਜੀਤ ਤੇ ਕਹਿੰਦੇ ਵੀ ਚੱਕਾਂ ਦਾ ਪੰਜਾਬੀ ਮੇਰੀ ਵੀਰੋ, ਨਿਊ ਦੀਪ ਕਬੱਡੀ ਅਕੈਡਮੀ ਗਿੱਦੜਵਾਹਾ ਦੀ ਟੀਮ ਦੇ ਸਟਾਰ ਖਿਡਾਰੀ ਆ। ਹੈਲੋ, ਹਾਂ ਕਾਂਤੀ, ਇੱਕ ਮਿੰਟ ਉਰੇ ਕਾਂਤੀ। ਲਓ ਖੇਡ ਮੈਦਾਨ ਵਿੱਚ ਮੁੰਨਾ ਤੇ ਜੀਤਾ ਲੰਬੜਦਾਰ, ਵਾਣੀ ਰਿਸਾ ਉਧਰ ਲੰਬੜਦਾਰ ਤੇ ਮੁੰਨੇ ਦੀ ਟੱਕਰ, ਮਾਰੋ ਤਾੜੀਆਂ ਨੇ ਰਿਸਾ, ਐ ਇੱਥੇ ਰੱਖ ਲਈ ਰਿਸਾ। ਮੈਂ ਤਾਂ ਅੱਗੇ ਕਿਤੇ ਢਾ ਲਿਆ ਲੰਬੜਦਾਰ ਨੂੰ ਜਿਵੇਂ ਚਿਹਰੀ ਚ ਝੋਟਾ ਢਾ ਲੈਂਦਾ, ਪਰ ਪੁਆਇੰਟ ਜਿਹੜਾ ਮੇਰੀ ਵੀਰੋ ਜੀਤੇ ਲੰਬੜਦਾਰ ਦਾ, ਮਾਰ ਦੋ ਤਾੜੀਆਂ ਜੇ ਮੈਚ ਚੰਗਾ ਲੱਗਾ ਮਾਰੋ ਤਾੜੀ ਜ਼ੋਰਦਾਰ, ਜਿਉਂਦੇ ਰਹੋ। ਲਓ ਖੇਡ ਮੈਦਾਨ ਵਿੱਚ ਬਾਲਿਆਂ ਵਾਲੀ ਪਿੰਡਾਂ ਕਹਿੰਦੇ ਸ਼ੀਰਾ ਇਸ ਵੇਲੇ ਵਧਿਆ ਹੋਇਆ ਮੇਰੀ ਵੀਰੋ, ਦੁਨੀਆਂ ਦੇ ਸਤਾਰਾਂ ਦਾ ਸਰਨਾਮੀ ਹੈ, ਇਹ ਵੀ ਕਹਿੰਦੇ ਦੁਨੀਆਂ ਦਾ ਸਟਾਰ ਹੈ, ਇੰਗਲੈਂਡ ਦੀਆਂ ਕਹਿੰਦੇ USA ਦੀਆਂ, ਲਓ ਕਦੇ ਕਹਿੰਦੇ ਮੇਰੀ ਵੀਰੋ ਕੈਨੇਡਾ ਦੀਆਂ ਗਰਾਊਂਡਾਂ ਵਿੱਚ ਖੇਡਣ ਵਾਲਾ ਖਿਡਾਰੀ ਹੈ, ਕਹਿੰਦੇ ਦੁਨੀਆਂ ਦੇ ਮਹਾਨ ਕਬੱਡੀ ਕੋਚ ਤੋਂ ਕਬੱਡੀ ਦੇ ਦਾਅ ਪੇ ਸਿੱਖੇ, ਮਦਨਲਾਲ ਦਰਵਿੰਡੀ ਦਾ ਚੰਡਾ ਹੈ ਖਿਡਾਰੀ, ਆਉ ਜਾਂਦਾ ਬਾਲਿਆਂ ਵਾਲੀ ਪਿੰਡਾਂ ਸ਼ੀਰਾ, ਇਸ ਵੇਲੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ। ਇਧਰਲੇ ਪਾਸੇ ਜਨਤਾ ਵੱਧ ਕੇ ਕਬੱਡੀ ਪਾਉਣਾ ਮੇਰੀ ਵੀਰੋ, ਬਜਣੀ ਕਬੱਡੀ ਤੋਂ ਫੇਰ ਸ਼ੁਰੂ ਕੀਤੀ ਇਸ ਨਾਗਡਨ ਨੇ, ਛੋਟੇ ਭਾਰਤ ਤੋਂ ਕਬੱਡੀ ਸ਼ੁਰੂ ਕੀਤੀ ਹੈ, ਅੱਜ ਪਰਮਾਤਮਾ ਦੀ ਅਪਾਰ ਕਿਰਪਾ ਇਸ ਨਾਗਡਨ ਦੇ ਉੱਪਰ, ਕਬੱਡੀ ਓਪਨ ਦੇ ਵਿੱਚ ਕਹਿੰਦੇ ਆਪਣੀ ਖੇਡ ਦਾ ਲੋਹਾ ਬਣਵਾਉਣ ਦੇ ਲਈ ਉਤਰਿਆ। ਉਧਰ ਫਲੱਡ, ਲਓ ਸਾਹਮਣੇ ਦੇਖਣਾ ਵੀ ਡਬਲ, ਇਧਰਲੇ ਪਾਸੇ ਦੇਖਣਾ ਵੀ ਪੁਆਇੰਟ ਜਿਹੜਾ ਜਾਫੀ ਦਾ, ਨਿੰਮਾ ਇਸ਼ਾਰਾ ਕਰਦਾ ਵੀ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ। ਹੈਲੋ ਪਾ ਵੀ ਕਬੱਡੀ ਆਮਨ ਰੋਜ਼ੀ ਖੰਨਾ, ਹਾਂਜੀ ਇੱਥੇ ਮੈਂ ਨਾ ਆਪਣੇ ਕਾਂਤੀ ਨੂੰ ਬੁਲਾ ਲਈ ਯਾਰ ਕੋਲ, ਆ ਗਈ
ਕਾਂਤੀ ਨੂੰ ਹਾਂਜੀ ਹਾਂਜੀ ਕਾਂਤੀ ਨੂੰ ਬੁਲਾ ਲਓ ਕੋਲੇ ਆਪਣੀ ਜ਼ਰੂਰ ਕਾਂਤੀ ਮੇਰਾ ਵੀਰ ਉਹ ਵੀ ਪਲੀਜ਼ ਮਾਈਕ ਲੈ ਆਉਣਾ ਕਿਉਂਕਿ ਡਿਊਟ ਕਮੈਂਟਰੀ ਦਰਸ਼ਕ ਆਖਦੀ ਵੀ ਕਰ ਰਹੀ ਹੈ ਸੋ ਬੇਨਤੀ ਹੈ ਕਾਂਤੀ ਤਾਜੋ ਉਹ ਤਿਆਰੀ ਫੜਦਾ ਨਾ ਜਾਂਦਾ ਲਓ ਸਾਹਮਣੇ ਫਿਰ ਇਸ ਵੇਲੇ ਚਾਂਟਾ ਵੱਲ ਕਬੱਡੀ ਪਾਉਂਦਾ ਹੈ ਮੇਰੀ ਵੀਰੋ ਲੈ ਵੀ ਫਲੱਡ ਮਾਰ ਜਫਾ ਨਾ ਜਾਂਦਾ ਉਧਰਲੇ ਪਾਸੇ ਕਹਿੰਦੇ ਬੁੱਬਾ ਨਾਲ ਦੇਖ ਲੈ ਮੇਰੀ ਵੀਰੋ ਮੁੰਨਾ ਨਾਲ ਦੇਖ ਲੈ ਕੁਲਦੀਪ ਚੱਕਾ ਵਾਲਾ ਆ ਦੁਨੀਆਂ ਦਾ ਫਲੱਡ ਜਾਫੀ ਪਰ ਨਹੀਂ ਜਫਾ ਲੱਗਾ ਪੁਆਇੰਟ ਧਾਵੀ ਦਾ ਅੰਕ ਧਾਵੀ ਦਾ ਅੰਕ ਧਾਵੀ ਦਾ ਅੰਕ ਰੇਡਰ ਦੇ ਹਿੱਸੇ ਆ ਲਓ ਅਗਲੀ ਰੇਡ ਖੇਡ ਮੈਦਾਨ ਵਿੱਚ ਇਸ ਵੇਲੇ ਵੱਧ ਕੇ ਕਬੱਡੀ ਪਾਉਂਦਾ ਹੋਇਆ ਨੌਜਵਾਨ ਕਿ ਟੀਵੀ ਅਖਬਾਰਾਂ ਵਿੱਚ ਨਾ ਬੋਲਦਾ ਇੱਕ ਨਹੀਂ ਫਿਰ ਥਾਂ ਥਾਂ ਬੋਲਦਾ ਕਿਹਦਾ ਹੋਊਗਾ ਭਤੀਜਾ ਕਿਹਦਾ ਪੁੱਤ ਕਿਹਦਾ ਹੋਊਗਾ ਭਤੀਜਾ ਕਿਹੜਾ ਚੰਡਿਆ ਹੋਊ ਕਿਹੜੇ ਕੋਚ ਮਹਾਨ ਦਾ ਕਿ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇਡਦੇ ਨਾਮ ਉੱਚਾ ਹੁੰਦਾ ਪੂਰੇ ਖਾਨਦਾਨ ਦਾ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇਡਦੇ ਨਾਮ ਉੱਚਾ ਹੁੰਦਾ ਪੂਰੇ ਖਾਨਦਾਨ ਦਾ ਇਸ ਵੇਲੇ ਆਤਮਾ ਡਾਲੇ ਦੀ ਧਰਤੀ ਦਾ ਲਾਉਂਦਾ ਹੈ ਜਫਾ ਲਓ ਖੇਡ ਮੈਦਾਨ ਵਿੱਚ ਹੁਣ ਦੇਖਦੇ ਹਾਂ ਵੀ ਚੱਕਾ ਦਾ ਕਿਹੜਾ ਉਹ ਖਿਡਾਰੀ ਹੈ ਜਿਹੜਾ ਆਪਣੀ ਟੀਮ ਦੇ ਲਈ ਮੇਰੀ ਵੀਰੋ ਲੱਖਾਂ ਦੇ ਪੁਆਇੰਟ ਜੋੜਦਾ ਲਓ ਹੁਣ ਤੇ ਕਰੋ ਜਾਂ ਮਰੋ ਵਾਲੀ ਗੱਲ ਕਰਨੀ ਪੈ ਰਹੀ ਹੈ ਲੈ ਵੀ ਚੱਕਾ ਲਓ ਲਾਓ ਜਫਾ ਤੇ ਕਹਿੰਦੇ ਵੀ ਇਸੇ ਨੌਜਵਾਨ ਖਿਡਾਰੀ ਨੂੰ ਲਾ ਕੇ ਜਫਾ ਲੱਖਾਂ ਦੇ ਪੁਆਇੰਟ ਦਾ ਵਾਅਦਾ ਕਰਨਾ ਕਿਹੜਾ ਖਿਡਾਰੀ ਹਿੰਮਤ ਕਰਨਾ ਲਓ ਪਾਈ ਹੋਈ ਕਬੱਡੀ ਜੰਟਾ ਨੌਜਵਾਨ ਖੇਡ ਮੈਦਾਨ ਵਿੱਚ ਵਧਿਆ ਹੋਇਆ ਉਧਰਲੇ ਪਾਸੇ ਫਲੱਡ ਨਹੀਂ ਰੀਸਾਂ ਨਹੀਂ ਰੀਸਾਂ ਪੁਆਇੰਟ ਧਾਵੀ ਦਾ ਅੰਕ ਧਾਵੀ ਦਾ ਅੰਕ ਧਾਵੀ ਦਾ ਬੱਲੇ ਬੱਲੇ ਹੁੰਦੀ ਗੱਭਰੂ ਦਲੇਰਾਂ ਦੀ ਡਾਲਰਾਂ ਤੇ ਪੌਂਡਾਂ ਵਿੱਚ ਵਿਕਦੀ ਕਬੱਡੀ ਸ਼ੇਰਾਂ ਦੀ ਡਾਲਰਾਂ ਤੇ ਪੌਂਡਾਂ ਵਿੱਚ ਵਿਕਦੀ ਕਬੱਡੀ ਸ਼ੇਰਾਂ ਦੀ ਪੰਜਾਬੀ ਜ਼ਬਾਨੇ ਦੀ ਦੁਕਾਨੇ ਮੇਰੇ ਦੇਸ਼ ਦੀ ਏ ਫਿੱਕੀ ਪੈ ਗਈ ਤੇਰੇ ਚਿਹਰੇ ਦੀ ਨਿਹਾਰ ਮਿੱਟੀਆਂ ਖਿਲਾਰੀ ਬੈਠੀ ਬੁੱਲੇ ਦੀ ਕਾਫੀਏ ਨੀ ਕੀਨੇ ਤੇਰਾ ਲਾ ਲੈ ਸ਼ਿੰਗਾਰ ਪੁਆਇੰਟ ਧਾਵੀ ਦਾ ਸ਼ਹੀਦ ਭਗਤ ਸਿੰਘ ਸਪੋਰਟਸ ਕਬੱਡੀ ਕਲੱਬ ਹਮੀਰਗੜ੍ਹ ਆਖਦਾ ਵੀ ਜਿੰਨੇ ਵੀ ਬਲਜੀਤ ਜਫੇ ਲਾਓ ਪਰ ਜਫੇ ਤੇ 100 ਰੁਪਏ ਦਾ ਮਾਨ ਸਨਮਾਨ ਹੋਵੇਗਾ ਬਲਜੀਤ ਜਿੰਨੇ ਵੀ ਜਫੇ ਲਾਵੇਗਾ ਪਰ ਜਫੇ ਤੇ 100 ਦਾ ਵੱਡਾ ਮਾਨ ਸਨਮਾਨ ਹੋਵੇਗਾ ਸ਼ਹੀਦ ਭਗਤ ਸਿੰਘ ਸਪੋਰਟਸ ਕਬੱਡੀ ਕਲੱਬ ਵੱਲੋਂ ਲਓ ਹਮੀਰਗੜ੍ਹ ਵਾਲੇ ਆਖਦੇ ਉਧਰ ਜੀਤਾ ਲੰਬੜਦਾਰ ਤੇ ਕੁਲਦੀਪ ਦੀ ਟੱਕਰ ਮੇਰੀ ਵੀਰੋ ਇੱਕ ਪਾਸੇ ਕਹਿੰਦੇ ਵੀ ਸਰਦਾਰ ਸੁਖੀ ਸਿੰਘ ਦਾ ਮੇਰੀ ਵੀਰੋ ਸੁਪੁੱਤਰ ਹੈ ਕੁਲਦੀਪ ਵੱਧ ਕੇ ਕੋਸ਼ਿਸ਼ ਕਰਦਾ ਲੰਬੜਦਾਰ ਇੱਕ ਪਾਸੇ ਖੁੱਲੇ ਪੈਰ ਲਓ ਜੀ ਸਖਰੂ ਦੀਆਂ ਤਾਂ ਮੁਕਾਬਲਾ ਸਖਤ ਲੈ ਗਿਆ ਲੰਬੜਦਾਰ ਮਾਮਲਾ ਲਓ ਖੇਡ ਮੈਦਾਨ ਵਿੱਚ ਅਗਲੀ ਰੇਡ ਖੇਡ ਮੈਦਾਨ ਵਿੱਚ ਦੇਖਣਾ ਵੀ ਨੌਜਵਾਨ ਸ਼ੀਰਾ ਬਾਲਿਆਂ ਵਾਲੀ ਪਿੰਡ ਦਾ ਬਾਲਿਆਂ ਵਾਲੀ ਦਾ ਗੱਭਰੂ ਆ ਲੈ ਵੀ ਪਿੰਡਰ ਆਪਾਂ ਤੁਰ ਫਿਰ ਕੇ ਦਰਸ਼ਕਾਂ ਨੂੰ ਉਡੀਕਾਂ ਨਾ ਲੱਗੇ ਇਸ ਕਰਕੇ ਥੋੜਾ ਤੁਰ ਫਿਰ ਕੇ ਮੇਰੀ ਵੀਰੋ ਮੈਚ ਦਾ ਆਨੰਦ ਮਾਣੀਏ ਲਓ ਖੇਡ ਮੈਦਾਨ ਵਿੱਚ ਦੇਖ ਲੈ ਵੀ ਪਾਈ ਹੋਈ ਕਬੱਡੀ ਇੱਧਰ ਕਾਂਗੜ ਵਾਲਾ ਬਿੰਦਰ ਤੇ ਕਹਿੰਦੇ ਗੁਰਪ੍ਰੀਤ ਉਹਨਾਂ ਦਾ ਭਾਈਆਂ ਵਾਲਾ ਪਿਆਰ ਹੈ ਅੱਜ ਕਹਿੰਦੇ ਯਾਰੀਆਂ ਪਗਾਉਂਦੇ ਆ ਲਓ ਖੇਡ ਮੈਦਾਨ ਵਿੱਚ ਦੇਖ ਲੈ ਵੀ ਆਹ ਨੀ ਰਿਸ਼ਤਾ ਸਾਲੇ ਵਾਲਾ ਇੱਕ ਪਾਸੇ ਦੇਖ ਲੈ ਵੀ ਨੌਜਵਾਨ ਬਾਲਿਆਂ ਵਾਲੀ ਪਿੰਡ ਦਾ ਉਹ ਮਾਰਿਆ ਬਗਾ ਕੇ ਮੱਖਣ ਚੋਂ ਬਾਲ ਵਾਂਗੂ ਪੁਆਇੰਟ ਜਿਹੜਾ ਧਾਵੀ ਦੇ ਸੇ ਅੰਕ ਰੇਟਰ ਦੇ ਹਿੱਸੇ ਆ ਆਹ ਨੀ ਰਿਸ਼ਤਾ ਲੈ ਵੀ ਤਾਜ ਵਾਲਿਆ ਕਹਿੰਦੇ ਆ ਨੌਜਵਾਨ ਬਜਣੀ ਕਬੱਡੀ ਤੋਂ ਖੇਡ ਸ਼ੁਰੂ ਕੀਤੀ ਆ ਜੰਟੇ ਦੀ ਕਬੱਡੀ ਖੇਡ ਮੈਦਾਨ ਵਿੱਚ ਮੌੜ ਨਾ ਪੀਤੀ ਧਰਤੀ ਦਾ ਲਓ ਸੁਪਰ ਸਟਾਰ ਖਿਡਾਰੀ ਬਣਨਾ ਲੋਚਦਾ ਇਸ ਵੇਲੇ ਪਾਈ ਹੋਈ ਕਬੱਡੀ ਖੇਡ ਮੈਦਾਨ ਵਿੱਚ ਉਧਰ ਚੱਕਾ ਵਾਲੇ ਚਾਰ ਜਾਫੀ ਨਾਲ ਦੇਖ ਲੈ ਵੀ ਸਾਈਕਲ ਕਹਿੰਦਾ ਬਲਜੀਤ ਔਰ ਪੁਆਇੰਟ ਧਾਵੀ ਦਾ ਅੰਕ ਜਿਹੜਾ ਧਾਵੀ ਦਾ ਅੰਕ ਧਾਵੀ ਦਾ ਅੰਕ ਧਾਵੀ ਦਾ ਬਹੁਤ ਹੀ ਤਕੜਾ ਮੈਚ ਦੋਨੋਂ ਟੀਮਾਂ ਦੇ ਵਿਚਕਾਰ ਲਓ ਪੰਜਾਬੀ ਇਸ ਵੇਲੇ ਵੱਧ ਕੇ ਕਬੱਡੀ ਪਾਉਂਦਾ ਹੋਇਆ ਚੱਕ ਰਾਮ ਸਿੰਘ ਵਾਲੀ ਦੀ ਧਰਤੀ ਦਾ ਖੇਡ ਮੈਦਾਨ ਦੀ ਜੀ ਜ਼ਿਲ੍ਹਾ ਬਠਿੰਡੇ ਦੀ ਧਰਤੀ ਦਾ ਜਿੱਥੋਂ ਦੇ ਕਹਿੰਦੇ ਚੰਨੇ ਨੇ ਬਹੁਤ ਤਕੜੀ ਕਬੱਡੀ ਖੇਡੀ ਆ ਜਿੱਥੋਂ ਦਾ ਦੀਪਾ ਪ੍ਰਸਿੱਧ ਹੋਇਆ ਉੱਧਰ ਬੈਦ ਮੌੜ ਨਾਭੇ ਵਾਲੇ ਨੇ ਟਰਾਈ ਕੀਤੀ ਆ ਪਰ ਪੁਆਇੰਟ ਜਿਹੜਾ ਧਾਵੀ ਦਾ ਮੈਚ ਦੀ ਸਮਾਪਤੀ ਇਸ ਮੈਚ ਵਿੱਚੋਂ ਚੱਕ ਰਾਮ ਸਿੰਘ ਵਾਲੀ ਦੀ ਟੀਮ ਜਿਹੜੀ ਜੇਤੂ ਰਹੀ ਆ ਚੱਕ ਰਾਮ ਸਿੰਘ ਵਾਲੀ ਦੀ ਟੀਮ ਇਸ ਮੁਕਾਬਲੇ ਦੀ ਜੇਤੂ ਰਹੀ ਆ ਅਗਲਾ ਮੈਚ ਚੰਦੜ ਵਰਸੇ ਦੀ ਲੋਪੋ ਤੇ ਕਾਂਤੀ ਤਾਜੋ ਅਗਲੀਆਂ ਸਮਾਵੇਂ ਸਮਾਇਕ ਤੇ ਦੇਣਗੇ ਕਾਂਤੀ ਤਾਜੋ ਹਾਂਜੀ ਸੈਦੋ ਵਾਲੇ ਬਲਜੀਤ ਦਾ ਜਿਹੜਾ ਸਨਮਾਨ ਆ ਕਰਨਾ ਗਾ ਠੀਕ ਹੈ ਬਾਈ ਸਾਊਂਡ ਵਾਲਿਆ ਇੱਕ ਦਾ ਵੇਚਦੀ ਹੈ ਠੀਕ ਹੈ ਕੰਮ ਹੋਣਾ ਆ ਥੱਲੇ ਲਾ ਲਾ ਬਾਲਟੀ ਬਾਈ ਜੀ ਥੱਲੇ ਨੂੰ ਕਰ ਲਾ ਮੈਨੂੰ ਪਤਾ ਵੀ ਇੱਧਰ ਸਾਡੇ ਵੀਰ ਕਿਉਂਕਿ ਪਹਿਲੇ ਮੈਚ ਦੇ ਵਿੱਚ ਹਾਂਜੀ ਵੀਰ ਜੀ ਆਪਾਂ ਭਾਈ ਅਗਲੇ ਰਾਉਂਡ ਦੀ ਟਾਈਆਂ ਪੈ ਰਹੀਆਂ ਨੇ ਉਹ ਬਾਈ ਖਤਮ ਕਰਨੀ ਆ ਕੁਲਦੀਪ ਮਾਨਕ ਜੀ
ਨੋਟਕਾਰ ਕੁਲਦੀਪ ਸਿੰਘ ਗਿੱਲ ਸਾਡਾ ਵੀਰ ਬਾਈ ਗੁਰਪ੍ਰੀਤ ਦੇ ਬ੍ਰਦਰ ਨੇ ਹਾਂਜੀ ਗੁਰਪ੍ਰੀਤ ਕਾਤੀ ਆ ਜੀ ਮਾੜਾ ਜਾਇ ਨੂੰ ਆ ਗਏ ਜੀ ਆ ਗਏ ਉਧਰ ਸਨਮਾਨ ਹੋ ਰਹੇ ਨੇ ਪਹਿਲਾਂ ਬਹੁਤ ਵਧੀਆ ਮੈਚ ਸਾਊਂਡ ਵਾਲਿਆ ਥੋੜੀ ਜਿਹੀ ਤਾਂ ਖੋਲ ਪਾਜ ਹੁਣ ਆਉਣ ਲੱਗ ਗਿਆ ਸਵਾਦ ਇਹ ਜਿਹੜਾ ਮੈਚ ਲੋਕੋ ਦੀ ਟੀਮ ਆ ਤੇ ਚੰਦਨ ਦਾ ਮੈਚ ਆਪਾਂ ਵੇਖ ਲਿਆ ਚੰਦਨ ਵਾਲੇ ਮੁੰਡੇ ਕਿਹੜੇ ਪਾਸੇ ਇਧਰਲੇ ਪਾਸੇ ਆ ਜੀ ਰੋਡ ਕੋਲ ਚੰਦਨ ਦੀ ਟੀਮ ਜਿਹੜੀ ਚਲੀ ਗਈ ਬਾਈ ਉਹ ਬਾਲਟੀ ਥੱਲੇ ਕਰ ਉਹਦਾ ਬੜਾ ਵਧੀਆ ਵੀਰ ਅੱਜ ਯਾਰ ਉਹ ਜਿਹੜੇ ਵੀਰ ਜੀ ਤਾਂ ਕੋਠੇ ਤੇ ਬੈਠਾ ਜਿਹੜਾ ਪਿਆ ਗਾ ਦੋ ਤਿੰਨ ਸਾਲ ਮੈਚ ਬੁੱਟਰ ਤੇ ਵਧਾਤੇ ਹਾਂਜੀ ਠੀਕ ਹੈ ਬਾਈ ਉਧਰ ਸਜੀਤ ਸਿੰਘ ਜੀ ਫੀਲਿੰਗ ਸਟੇਸ਼ਨ ਵਾਲੇ ਪੈਟਰੋਲ ਪੰਪ ਵਾਲੇ ਵੀਰਾਂ ਦਾ ਧੰਨਵਾਦ ਆ ਜਿਹੜੀ ਲੋਕੋ ਦੀ ਟੀਮ ਖੇਡਦੀ ਆ ਮੇਰੇ ਪੰਜਾਬੀ ਵੀਰਾਂ ਨੂੰ ਦੱਸਦੀ ਆ ਉਹ ਪਿੰਡ ਵਾਲੇ ਪਾਸੇ ਲੋਕੋ ਖਾਰਾ ਤੇ ਚੱਕਰਾਮ ਸਿੰਘ ਵਾਲਾ ਹਾਂ ਮਾਨੂ ਕੇ ਗਿੱਲ ਤੇ ਭਗਤਾ ਭਾਈ ਦੁਨੀਆ ਦੇ ਪਧਾੜ ਉਧਰ ਬੇਰਗੜ ਡੈਰੀ ਵਾਲਿਆਂ ਦਾ ਧੰਨਵਾਦ ਬਾਈ ਜੀ ਬਹੁਤ ਬਹੁਤ ਧੰਨਵਾਦ ਕੁਲਦੀਪ ਸਿੰਘ ਜੀ ਗਿੱਲ ਕਲੱਬ ਦੇ ਜਿਹੜੇ ਪ੍ਰਧਾਨ ਨੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਉਹਨਾਂ ਵੱਲੋਂ ਕਮੇਟੀ ਨੂੰ ਖੁਸ਼ ਹੋ ਕੇ ਵੱਡਾ ਮਾਣ ਸਨਮਾਨ ਆਇਆ ਇਧਰ ਮੁੰਡਾ ਲੋਕੋ ਵਾਲਾ ਕਬੱਡੀ ਪਾ ਰਿਹਾ ਮਨਪ੍ਰੀਤ ਵਰਗੇ ਖਿਡਾਰੀ ਹੈ ਸਾਡੇ ਨੌਜਵਾਨਾਂ ਦੀ ਵੱਡੀ ਦੇਣ ਆ ਸਾਡੇ ਨਗਰ ਦਾ ਸਹਿਯੋਗ ਆ ਲਓ ਇੱਕ ਪਾਸੇ ਚੰਦਰ ਦੀ ਟੀਮ ਉਧਰ ਸਨਮਾਨ ਹੋ ਰਹੇ ਨੇ ਇੱਕ ਮੈਚ ਜਿਹੜਾ ਹੋਰ ਦਿਓ ਜੀ ਮਾਣਾ ਸਾਡੇ ਸਨਮਾਨ ਕਰ ਰਹੇ ਨੇ ਬਾਈ ਨੀਟੇ ਵਰਗੇ ਨੀਟਾ ਸਰਪੰਚ ਵਰਗੇ ਵੀ ਸਾਡੇ ਅਗਲੀਆਂ ਟੀਮਾਂ ਨੂੰ ਬੇਨਤੀ ਵੀ ਮਾਣੂ ਕੇ ਗਿੱਲ ਦੇ ਭਗਤਾ ਭਾਈ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਮਾਣੂ ਕੇ ਗਿੱਲ ਦੇ ਭਗਤਾ ਭਾਈ ਉਧਰ ਚੰਦਰ ਦੀ ਟੀਮ ਦੇ ਨੌਜਵਾਨ ਖਿਡਾਰੀ ਬਿੱਲੇ ਵਰਗੇ ਜਿਹੜੇ ਸਤਿਕਾਰਯੋਗ ਮਿੱਤਰਾਂ ਭਰਾਉੜ ਦੀ ਟੀਮ ਨੂੰ ਬੇਨਤੀ ਹੈ ਠੂਲੀਆ ਨਾਲ ਮੈਚ ਕਰਨਾ ਭਗਤਾ ਭਾਈ ਦੇ ਮਾਣੂ ਕੇ ਗਿੱਲ ਹਾਂਜੀ ਬਹੁਤ ਬਹੁਤ ਧੰਨਵਾਦ ਉੱਥੇ ਸਤਿਕਾਰਯੋਗ ਬਾਈ ਨਰਿੰਦਰਜੀਤ ਸਿੰਘ ਨੀਟੂ ਜਿਹੜੇ ਇਸ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਵਾਈਸ ਪ੍ਰਧਾਨ ਉਹਨਾਂ ਵੱਲੋਂ ਵੀ ਦੱਸਦੇ ਬੋਲਾਂ ਨੂੰ ਖੁਸ਼ ਹੋ ਕੇ ਵੱਡੇ ਮਾਨ ਸਨਮਾਨ ਵੀ ਕੁਲਦੀਪ ਜੀ ਉੱਥੇ ਰਾਮ ਸਿੰਘ ਜੀ ਜੂਏ ਜੀ ਉਹਨਾਂ ਵੱਲੋਂ ਵੀ ਵੱਡਾ ਮਾਨ ਸਨਮਾਨ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂਜੀ ਬਾਈ ਜੀ ਬੁੱਟਰ ਤੇ ਵਧਾਤੇ ਖਾਰਾ ਤੇ ਚੱਕ ਰਾਮ ਸਿੰਘ ਦੇ ਬਾਈਆਂ ਖਤਮ ਕੀਤੀਆਂ ਨੇ ਇੱਕ ਵਾਰੀ ਇਹਦੇ ਲਿਖ ਲਏ ਮਾੜਾ ਜਿਹਾ ਬਾਈ ਜੀ ਤੀਜੇ ਰਾਊਂਡ ਦੀਆਂ ਟੀਮਾਂ ਰਹਿ ਗਈਆਂ ਨੇ 18 ਦੇ ਵਿੱਚ ਉਹ ਬੁੱਟਰਾਂ ਨੂੰ ਮਿਲੀ ਹੋਈ ਹੈ ਬਾਈ ਪਹਿਲਾ ਮੈਚ ਉਹਨਾਂ ਦਾ ਵਧਾਤਿਆਂ ਦਾ ਦੂਜਾ ਮੈਚ ਚੱਕ ਰਾਮ ਸਿੰਘ ਵਾਲੇ ਦੀ ਟੀਮ ਤੇ ਖਾਰੇ ਦਾ ਜਿਹੜਾ ਮੈਚ ਹੈ ਟੀਮਾਂ ਰੇਡੀਆਂ ਤੀਜੇ ਰਾਊਂਡ ਦੇ ਦੋ ਮੈਚ ਹੋਣਗੇ ਹਾਂਜੀ ਬਹੁਤ ਬਹੁਤ ਧੰਨਵਾਦ ਸੁਰਜੀਤ ਸਿੰਘ ਜੀ ਫੀਲਿੰਗ ਸਟੇਸ਼ਨ ਵਾਲੇ ਵੀਰ ਹਾਂਜੀ ਉਹਨਾਂ ਵੱਲੋਂ ਵੀ ਦੱਸਦੇ ਬੋਲਾਂ ਨੂੰ ਖੁਸ਼ ਹੋ ਕੇ ਵੱਡੇ ਮਾਨ ਸਨਮਾਨ ਮੈਂ ਬਹੁਤ ਬਹੁਤ ਧੰਨਵਾਦ ਕਰਦਾਗਾ ਇਧਰ ਮੁੰਡਾ ਲੋਕੋ ਵਾਲਾ ਇੱਕ ਪਾਸੇ ਤੋਤੇ ਦੀ ਪਈ ਹੋਈ ਵੱਡੀ ਆ ਉਧਰ ਬਾਈ ਰਾਮ ਸਿੰਘ ਜੀ ਯੂਏ ਵਾਲਾ ਉਹ ਮਿੱਤਰ ਨੇ ਵੀ 200 ਰੁਪਏ ਭੇਜਿਆ ਧੰਨਵਾਦ ਬਾਈ ਜੀ ਪੁਆਇੰਟ 81 ਦਾ ਤੋਤੇ ਨੂੰ ਜੱਫਾ ਲੱਗਦਾ ਹੋਇਆ ਚੰਦਰ ਵਾਲੇ ਨੌਜਵਾਨ ਨੂੰ ਚੱਲ ਵੀ ਲੋਕੋ ਵਾਲਾ ਜਿੱਥੋਂ ਦਾ ਆਮੜਾ ਬਾਈ ਅੱਗੇ ਜਾਂ ਬਾਲਟੀ ਥੱਲੇ ਕਰੇ ਨਾ ਸਾਰੀ ਗੱਲ ਸਮਝ ਆ ਜਾ ਕਰੇ ਇੱਕ ਵੀਰ ਠੀਕ ਹੈ ਇੱਕ ਵਾਰੀ ਫੇਰ ਅਸੀਂ ਦੱਸ ਰਹੇ ਹਾਂ ਵੀ ਹੁਣ ਬਾਈਆਂ ਖਤਮ ਕੀਤੀਆਂ ਨੇ ਤੀਜੇ ਰਾਊਂਡ ਦੇ ਸਿਰਫ ਦੋ ਮੈਚ ਹੋਣਗੇ ਬੁੱਟਾ ਦੀ ਜਿਹੜੀ 22 ਦੇ ਵਿੱਚ ਆ ਉਹਦਾ ਪਹਿਲਾ ਮੈਚ ਵਧਾਤਿਆਂ ਦੇ ਨਾਲ ਖਾਰਾ ਤੇ ਚੱਕਰਾਮ ਸਿੰਘ ਦਾ ਮੈਚ ਇਹ ਬਾਈਆਂ ਖਤਮ ਕੀਤੀਆਂ ਨੇ ਠੀਕ ਹੈ ਦੇਵ ਜੀ ਉਹ ਤੋਂ ਬਾਅਦ 16 ਟੀਮਾਂ ਰਹਿ ਜਾਣਗੀਆਂ ਨੇ ਆ ਕਹਿੰਦੇ ਡੇਢ ਘੰਟੇ ਧਰਤੀ ਦਾ ਸੋਨੀ ਅੱਜ ਜਿਹੜਾ ਮੈਂ ਦੇਖਦਾ ਵੀ ਚੰਦਰ ਦੀ ਟੀਮ ਦੇ ਲਈ ਕਬੱਡੀਆਂ ਪਾ ਰਿਹਾ ਜਿਸ ਨੌਜਵਾਨ ਸਾਹਜਾ ਦੁਬਈ ਕੱਪ ਖੇਡ ਕੇ ਆਇਆ ਇਸ ਨੌਜਵਾਨ ਦੇ ਵੀ ਵੱਡੇ ਮਾਨ ਸਨਮਾਨ ਅੱਜ ਜਿੰਨੇ ਵੀ ਜਿਹੜੇ ਮੈਚ ਧੰਨਵਾਦ ਬਾਈ ਕੁਲਦੀਪ ਨੀਟੂ ਵਰਗੇ ਸਾਰੇ ਸਰਪੰਚ ਸਾਹਿਬ ਇੱਕ ਪਾਸੇ ਲੋਕੋ ਵਾਲਾ ਪੱਟ ਫੜਿਆ ਗਿਆ ਜੱਫਾ ਲੱਗਦਾ ਹੋਇਆ ਸਾਡੇ ਨੌਜਵਾਨ ਮਿੱਤਰਾਂ ਨੇ ਦੱਸਿਆ ਵੀ ਇੱਧਰ ਭੋਡੀਪੁਰੇ ਦਾ ਨੌਜਵਾਨ ਸਾਡਾ ਵੀ ਲੀਮਾ ਨਾਲ ਦੇਵ ਨਾਲ ਡੈਣੀ ਨਾਲ ਢਲਮਾ ਵਾਲਾ ਪ੍ਰਗਟ ਉਧਰ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਢਲਮਾ ਵਾਲਾ ਪ੍ਰਗਟ ਤੈਨੂੰ ਮੋਟਰਸਾਈਕਲ ਦੇਣਾਗਾ ਆਉਣ ਵਾਲੀ 2 ਤਰੀਕ ਨੂੰ ਉਹ ਵੀ ਵੀਰ ਆਇਆ ਧੰਨਵਾਦ ਲਓ ਮਨਪ੍ਰੀਤ ਸਿੰਘ ਲੋਕੋ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚੰਦਰ ਦੇ ਚਾਰੇ ਜਾਫੀ ਹੈ ਇੱਕ ਪਾਸੇ ਨੌਜਵਾਨ ਪੂਰੀ ਕੋਸ਼ਿਸ਼ ਕਰ ਰਿਹਾ ਬਾਈ ਬਿੱਟੂ ਦਾ ਧੰਨਵਾਦ ਉਧਰ ਨਾਲ ਅਮਨਦੀਪ ਅਮਨੇ ਦਾ ਧੰਨਵਾਦ ਮੈਚ ਦੀ ਸਮਾਪਤੀ ਹੈ ਇਸ ਮੈਚ ਦੀ ਜੇਤੂ ਟੀਮ ਅੰਮ੍ਰਿਤ ਇਸ਼ਾਰਾ ਕਰਦੇ ਲੋਕੋ ਵਾਲੇ ਜਿੱਤ ਗਏ ਜੀ ਨੋਟ ਕਰੋ ਲੋਕੋ ਦੀ ਟੀਮ ਨੇ ਚੰਦਰ ਤੋਂ ਮੁਕਾਬਲਾ ਜਿੱਤ ਲਿਆ ਸੁੱਖਿਆ ਨੋਟ ਕਰ ਲਈ ਕਈ ਠੀਕ ਠੀਕ ਹੈ ਨਾਲ ਹੀ ਬੇਰਗੜ ਏਰੀਆ ਵਾਲਿਆਂ ਦਾ ਧੰਨਵਾਦ ਭਾਈ ਉਹਨਾਂ ਨੇ ਅਗਲੇ ਸਾਲ ਘਿਓ ਦੇਣਾ ਦਿਆਲੀ ਵਾਲਿਆਂ ਨੂੰ 2-2 ਕਿਲੋ 54 ਵਾਲਿਆਂ ਨੂੰ 5-5 ਕਿਲੋ 75 ਵਾਲਿਆਂ ਨੂੰ 10 ਕਿਲੋ ਤੇ ਓਪਨ ਵਾਲਿਆਂ ਨੂੰ 15-15 ਕਿਲੋ ਇਹਨਾਂ ਦਾ ਵੀ ਧੰਨਵਾਦ ਉਧਰ ਸਰਦਾਰ ਜੋਗਾ ਸਿੰਘ ਜੀ ਯੂਐਸਏ ਵਾਈਸ ਪ੍ਰਧਾਨ ਨੇ ਸਾਡੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ
ਮੀਟੂ ਦੇ ਫਾਦਰ ਸਾਹਿਬ ਉਹਨਾਂ ਦਾ ਵੀ ਧੰਨਵਾਦ ਆ 365 ਨਾਲ ਜੁੜੇ ਹੋਏ ਆ ਉਹਨਾਂ ਨੂੰ ਵੀ ਸੀ ਜੀ ਆਇਆ ਕਿ ਬਾਈ ਉਹਦੇ ਰਫਤਾਰ ਵਰ ਗਈ ਵੀਰਾ ਬਾਈ ਪੰਮਾ ਕਨੇਡਾ ਤੋਂ ਕੁਲਦੀਪ ਸਿੰਘ ਜੀ ਐਨਆਰਆਈ ਪੜੌੜੀ ਆ ਸਾਡਾ ਵੀਰ ਹੈਲੋ ਮਡੀਲਾ ਵਾਲੇ ਹਾਂਜੀ ਰੌਂਤੇ ਵਾਲੇ ਫੌਜੀ ਹੁੰਡੀਕੀਆਂ ਦਾ ਨਾਲ ਦੇ ਮੁੰਡਿਆਂ ਨੂੰ ਉਹ ਗੱਡੀ ਕੋਲ ਜਾਵਣ ਹਾਂਜੀ ਫੌਜੀ ਰੌਂਤੇ ਵਾਲਾ ਹੁਣ ਜਿਹੜਾ ਮੈਚ ਲੱਗਣਾ ਜੀ ਨੋਟ ਕਰੋ ਤਖਤਾ ਭਾਈ ਦੇ ਮਾਣੂ ਕੇ ਗਿੱਲ ਇਧਰ ਕਲਿਆਣਾ ਵਾਲਾ ਤਾਰੀ ਬਾਈ ਜੀ ਪਿੰਨ ਖਤਮ ਹੋ ਗਿਆ ਪਿੰਨ ਭੇਜੋ ਪਿੰਨ ਖਤਮ ਹੋ ਗਿਆ ਪਿੰਨ ਭੇਜੋ ਬਹਿ ਜਾਓ ਕੋਈ ਨਾ ਕੋਈ ਨਾ ਸਾਵਾ ਮੈਨੂੰ ਪਤਾ ਤੁਹਾਡਾ ਪਿਆਰ ਆ ਤੜਕੇ ਤੇ ਬੈਠੇ ਹੋ ਇਹ ਬੇਨਤੀ ਆ ਕੋਈ ਚੱਕਰ ਨਹੀਂ ਕਿਉਂਕਿ ਤੁਸੀਂ ਉਮਰਾਂ ਹੋ ਸਾਡੇ ਲਈ ਸਾਰੇ ਨੌਜਵਾਨ ਹੋ ਤੁਹਾਡੀ ਜਿਹੜੀ ਸਹਿਯੋਗ ਪਿੰਨ ਭੇਜੋ ਜੱਟ ਸ਼ੁਰੂ ਕਰੋ ਮੈਂ ਜੀ ਧੰਨਵਾਦ ਗੁਰੂਆਂ ਸਾਨੂੰ ਦਿੱਤਾ ਇਹ ਵਰਦਾਨ ਕਬੱਡੀ ਦਾ ਇਹ ਦੇਸ਼ ਵਿਦੇਸ਼ ਵਿੱਚ ਹੁੰਦਾ ਹੈ ਸਨਮਾਨ ਕਬੱਡੀ ਦਾ ਜੀਰ ਖਿਡਾਰੀ ਇਹ ਕੌਮਾਂ ਦੀ ਤਾਕਤ ਹੁੰਦੇ ਨੇ ਇਹ ਪੂਜਣ ਯੋਗ ਸਾਡਾ ਕਰਮਦਾਨ ਕਬੱਡੀ ਦਾ ਹਾਂਜੀ ਬਾਈ ਜੀ ਸੁੱਖਾ ਜੀ ਓਏ ਆਓ ਭਾਈ ਮਾਨੂ ਕਹਿੰਦਾ ਰੇਡਰ ਕਿਉਂ ਨਹੀਂ ਆਇਆ ਮੁੰਡਾ ਕਿੱਥੇ ਹੈ ਜੀ ਗਰਾਊਂਡ ਚ ਆਓ ਸਾਡੇ ਵੀਰ ਮਾਨੂ ਕਹਿੰਦੇ ਗਰਨਾਲ ਦਾ ਧੰਨਵਾਦ ਕਾਬਲ ਵੀਰਾਂ ਦਾ ਉਹ ਦੇਖੀ ਮੁੰਡਾ ਜਨਰੇਟਰ ਨੂੰ ਕੀ ਹੋ ਗਿਆ ਹਾਂ ਬਹੁਤ ਬਹੁਤ ਧੰਨਵਾਦ ਆ ਸਾਡੇ ਵੀਰਾਂ ਦੇ ਡੈਡੀ ਦਲਵਾ ਜੀ ਮਣੀ ਧੂੜ ਉਹ ਰੇਸ ਵੀ ਗਰਾਊਂਡ ਚ ਵੀ ਰੇਸ ਵੀ ਗਰਾਊਂਡ ਚ ਪਹੁੰਚੋ ਜੀ ਫੂਲੀ ਵਾਲ ਦੀ ਟੀਮ ਆ ਜੋ ਭਜੌੜ ਖੜਾ ਗਾ ਉਹਨਾਂ ਦਾ ਮੈਚ ਇਹ ਤੋਂ ਬਾਅਦ ਅਗਲੇ ਰਾਊਂਡ ਦੇ ਮੈਚ ਆ ਜੀ ਦੋ ਮੈਚ ਜੀ ਅਗਲੇ ਰਾਊਂਡ ਦੇ ਪੁੱਤਰ ਦੇ ਬਧਾਤੇ ਖਾਣਾ ਦੇ ਚੱਕਰਾਮ ਸਿੰਘ ਵਾਲਾ ਬਾਈ ਰੇਸ ਮਿੰਦਗੜ ਗਰਾਊਂਡ ਦੇ ਵਿੱਚ ਆ ਜੀ ਰੇਸ ਮਿੰਦਗੜ ਅਸੀਂ ਧੰਨਵਾਦ ਕਰਦੇ ਹਾਂ ਬਾਈ ਜੀ ਪੰਜਾਬ ਪੁਲਿਸ ਵਾਲੇ ਵੀਰਾਂ ਦਾ ਸੰਜੀਵ ਸਿੰਗਲਾ ਜੀ ਜਿਨ੍ਹਾਂ ਨੇ ਸਾਨੂੰ ਬੜਾ ਸਾਥ ਦਿੱਤਾ ਬਾਈ ਉੱਧਰ ਸਕਿਉਰਟੀ ਵਾਲੇ ਵੀਰਾਂ ਦਾ ਧੰਨਵਾਦ ਆ ਬਾਈ ਏਦਾਂ ਲੈ ਅੱਧੀਆਂ ਜੈਕਟਾਂ ਬੰਦ ਹੋਈਆਂ ਚਲਾ ਦੇ ਵੀਰ ਪੰਜਾਬ ਪੁਲਿਸ ਦਾ ਬਾਕੀ ਸੀ ਦਰਸ਼ਕ ਵੀਰਾਂ ਦਾ ਧੰਨਵਾਦ ਕਰਦੇ ਹਾਂ ਪੂਰਾ ਸਾਨੂੰ ਪਿਆਰ ਕਰ ਰਹੇ ਨੇ ਲਓ ਜਿਹੜੀ ਮਾਨੂ ਕੇ ਗਿੱਲਾਂ ਦੀ ਟੀਮ ਜੀ ਨੋਟ ਕਰੋ ਮੰਡੀ ਵਾਲੇ ਪਾਸੇ ਪਹਿਲੀ ਕਬੱਡੀ ਕਹਿੰਦੇ ਕਲਿਆਣਾ ਵਾਲੇ ਤਾਰੀ ਦੀ ਪਈ ਆ ਉਧਰਲੇ ਪਾਸੇ ਭਗਤੇ ਵਾਲੇ ਮੁੰਡੇ ਨੇ ਬਾਈ ਮੈਂ ਪਹਿਲਾਂ ਬੋਲੀ ਜਾਂਦਾ ਰੇਸ